ਮਿੱਤਰਾਂ ਪਿਆਰਿਆਂ ਨੂੰ ਚੰਨ ਤੇ ਸਿਤਾਰਿਆਂ ਨੂੰ ਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਜਗਤਾਰ ਸਿੰਘ ਜੱਗੀ ਵੱਲੋਂ ਹਮੇਸ਼ਾ ਹੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਸਲਾਮ ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਬਹੁਤ ਸਾਰੇ ਦੋਸਤ ਮਿੱਤਰ ਜਿਵੇਂ ਕੱਲ੍ਹ ਥੈਂਕਸਗਿਵਿੰਗ ਡੇ ਸੀਗਾ ਉਹਦੇ 'ਚ ਬਿਜ਼ੀ ਹੋਣਗੇ, ਅੱਜ ਬਹੁਤ ਸਾਰੇ ਪੰਜਾਬੀ ਜਿਹੜੇ ਹੈ ਉਹ ਸ਼ੋਪਿੰਗ ਦੇ ਵਿੱਚ ਵੀ ਬਿਜ਼ੀ ਹੋ ਸਕਦੇ ਨੇ, ਬਲੈਕ ਫਰਾਈਡੇ ਦੀ ਸੇਲ ਜਿਹੜੀ ਥਾਂ ਥਾਂ ਲੱਗੀ ਹੋਈ ਹੈ। ਅਤੇ ਬਾਕੀ ਚਲੋ ਆਪਾਂ ਘਾਈਆਂ ਨੇ ਤਾਂ ਕਹਿੰਦੇ ਘਾਹ ਖੋਤਣਾ, ਅਤੇ ਆਪਾਂ ਤਾਂ ਪ੍ਰੋਗਰਾਮ ਕਰਨਾ ਜੀ, ਪ੍ਰੋਗਰਾਮ ਕਰਨ ਵਾਸਤੇ ਹਾਜ਼ਰ ਹੋ ਗਏ ਹਾਂ ਅੱਜ ਦਾ ਲਾਈਵ ਪ੍ਰੋਗਰਾਮ ਤੁਹਾਡੇ ਰੂਬਰੂ। ਸੋ ਜਿਹੜੀ ਬਾਕੀ ਗੱਲਾਂ ਪਤਾ ਖਬਰਾਂ ਦੀਆਂ ਉਹ ਆਪਾਂ ਕਾਫੀ ਦਿਨ ਕਰ ਲਈਆਂ ਪਹਿਲਾਂ, ਅਤੇ ਅੱਜ ਗੱਲਬਾਤ ਕਰਕੇ ਅਤੇ ਉਦੋਂ ਬਾਅਦ ਫਿਰ ਤੁਹਾਨੂੰ ਲੈ ਜਾਈਦਾ ਪਿੰਡਾਂ ਦੇ ਵਿੱਚ, ਪਿੰਡਾਂ ਦੀਆਂ ਯਾਦਾਂ ਤਾਜ਼ਾ ਕਰਾ ਕੇ, ਅਤੇ ਉਸ ਤੋਂ ਬਾਅਦ ਫਿਰ ਆਪਾਂ ਅੱਜ ਦਾ ਵਧੀਆ ਪ੍ਰੋਗਰਾਮ ਜਿਹੜਾ ਦੋ ਦਿਨ ਛੁੱਟੀ ਹੁੰਦੀ ਹੈ ਉਸ ਤੋਂ ਬਾਅਦ ਵਧੀਆ ਦੋ ਦਿਨ ਨਿਕਲ ਜਾਂਦੇ ਨੇ ਅੱਜ ਗੱਲਬਾਤ ਕਰਕੇ। ਸੋ ਗੱਲਬਾਤ ਜੇ ਪਹਿਲਾਂ ਕਰੀਏ, ਸੇਲ ਦੀ ਗੱਲ ਚੱਲੀ ਆ ਔਰ ਸੇਲ ਨੇ ਦੁਨੀਆ ਪਾਗਲ ਕੀਤੀ ਪਈ ਹੈ, ਪਰ ਸੇਲ ਤੋਂ ਵੀ ਪਹਿਲਾਂ ਇੱਕ ਮੈਂ ਵਧਾਈ ਦੇਣੀ ਚਾਹੁੰਦਾ ਅੱਜ ਦੇ ਵਿਸ਼ੇ ਵੱਲ ਜਾਣ ਤੋਂ ਪਹਿਲਾਂ, ਅੱਜ ਅਗਲੀ ਗੱਲਬਾਤ ਕਰਨ ਤੋਂ ਪਹਿਲਾਂ। ਸਾਡੀ ਭਤੀਜੀ ਕਹਿ ਸਕਦੇ ਹਾਂ, ਭਤੀਜੀ ਲਵਪ੍ਰੀਤ ਕੌਰ ਜੋ ਕਿ ਦਰਸ਼ਨ ਸਿੰਘ ਕਹਿਲ ਸਾਡੇ ਮਿੱਤਰ ਨੇ, ਥੀਏਟਰ ਦੇ ਬਹੁਤ ਵਧੀਆ ਆਰਟਿਸਟ ਨੇ, ਉਹਨਾਂ ਦੀ ਅੱਜ ਬੇਟੀ ਦਾ ਵਿਆਹ ਸੀਗਾ ਅਤੇ ਅੱਜ ਅਸੀਂ ਵੀ ਉੱਥੇ ਜਾ ਕੇ ਆਏ ਹਾਂ। ਸੋ ਮੈਂ ਸਭ ਤੋਂ ਪਹਿਲਾਂ ਮੈਂ ਨਵਨੀਤ ਫੋਟੋ ਦਿਖਾ ਦਿਓ, ਬੇਟੀ ਲਵਪ੍ਰੀਤ ਕੌਰ ਅਤੇ ਜੇ ਹਰਮਨਪ੍ਰੀਤ ਸਿੰਘ ਬਰਾੜ, ਉਹਨਾਂ ਦਾ ਅੱਜ ਹੀ ਵਿਆਹ, ਪਹਿਲਾਂ ਦਿਨੇ ਅਸੀਂ ਵਿਆਹ ਅਟੈਂਡ ਕਰਕੇ ਇੱਥੇ ਗੁਰਦੁਆਰਾ ਸਾਹਿਬ ਵੈਸਟ ਸੈਕਰੋਮੈਂਟੋ ਵਿੱਚ, ਅਤੇ ਹੁਣ ਮੈਂ ਕਿਹਾ ਵੀ ਉਹ ਜ਼ਰੂਰ ਭਤੀਜੀ ਨੂੰ ਵਧਾਈਆਂ ਦੇਣੀਆਂ ਬਣਦੀਆਂ। ਸੋ ਬਹੁਤ ਬਹੁਤ ਸ਼ੁਭਕਾਮਨਾਵਾਂ ਲਵਪ੍ਰੀਤ ਅਤੇ ਹਰਮਨਪ੍ਰੀਤ, ਬਹੁਤ ਬਹੁਤ ਸ਼ੁਭਕਾਮਨਾਵਾਂ, ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ, ਕਹਿਲ ਪਰਿਵਾਰ ਨੂੰ ਵੀ ਅਤੇ ਬਰਾੜ ਪਰਿਵਾਰ ਨੂੰ ਵੀ। ਲਓ ਜੀ ਹੁਣ ਗੱਲ ਸੇਲਾਂ ਦੀ ਆਪਾਂ ਕੀਤੀ ਸੀ, ਸੇਲਾਂ ਨੇ ਧੂਹ ਪਾਇਆ ਪਿਆ। ਇੱਕ ਕਹਿੰਦੇ ਹੁੰਦੇ ਨੇ ਜੀ ਜਿਹੜੇ ਹਿਸਾਬ ਨਹੀਂ ਕੋਈ, ਆ ਬਲੈਕ ਫਰਾਈਡੇ ਦੀ ਰਾਤੀ ਸੇਲ ਦੇ ਵਿੱਚ ਤੁਸੀਂ ਵੀਡੀਓ ਦੇਖੋ ਕਿਤੇ, ਉਹ ਲੁੱਟ ਮਚਾਈ ਆ, ਕੋਈ ਸਿਰ 'ਤੇ ਚੱਕਿਆ ਟੀਵੀ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ ਕੀਤਾ। ਖੈਰ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਕਿ ਇਹ ਚੰਗੀ ਗੱਲ ਹੈ, ਸੇਲਾਂ ਜਿਹੜੀਆਂ ਲੱਗਦੀਆਂ ਚੰਗੀ ਗੱਲ ਹੈ, ਇਹਦੇ 'ਚ ਕਈ ਕੁਛ ਜਿਹੜਾ ਹੈਗਾ ਜਿਹੜਾ ਅਸੀਂ ਨਹੀਂ ਵੀ ਖਰੀਦ ਸਕੇ ਉਹ ਵੀ ਖਰੀਦ ਲੈਂਦੇ ਹਾਂ, ਪਰ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਕਿ ਜਿਹੜਾ ਬਚਿਆ ਖੁਚਿਆ ਮਾਲ ਹੈਗਾ ਉਸ ਸੇਲਾਂ ਦੇ ਵਿੱਚ ਦੁਕਾਨਦਾਰ ਅਕਸਰ ਕੱਢ ਦਿੰਦੇ ਨੇ। ਪਰ ਮੈਂ ਤੁਹਾਡੀਆਂ ਕਾਲਾਂ ਜਾਂ ਵਿਸ਼ੇ ਵੱਲ ਜਾਣ ਤੋਂ ਪਹਿਲਾਂ ਜਿਹੜੀ ਸੇਲ ਦੀ ਗੱਲ ਕਰਨ ਲੱਗਾ, ਉਹ ਇੱਕ ਐਸੀ ਸੇਲ ਆ ਵੀ ਜਿਹਦੇ 'ਚ ਬਚਿਆ ਖੁਚਿਆ ਸਮਾਨ ਹੋ ਹੀ ਨਹੀਂ ਸਕਦਾ। ਕਹਿਣ ਤੋਂ ਭਾਵ ਅਸੀਂ ਕੋਈ ਚੀਜ਼, ਪੁਰਾਣੀ ਚੀਜ਼ ਨੂੰ ਕਹੀਦਾ ਅਕਸਰ ਕਹੀਦਾ, ਓਲਡ ਇਜ਼ ਗੋਲਡ ਐਂਡ ਗੋਲਡ ਨੈਵਰ ਓਲਡ। ਸੋ ਸੋਨੇ ਦੀ ਗੱਲ ਜਿਹੜੀ ਕੀਤੀ ਹੈ, ਸੋਨੇ ਦੀ ਗੱਲ ਹੁਣ ਕਰਨੀ ਹੈ ਥੋੜ੍ਹੀ ਦੇਰ ਵਾਸਤੇ ਤੁਹਾਡੇ ਨਾਲ, ਕਿਉਂਕਿ ਸਾਡੇ ਇੱਥੇ ਸੈਕਰਾਮੈਂਟੋ ਦੇ ਵਿੱਚ ਇੱਕ ਬਹੁਤ ਪੁਰਾਣੇ ਜਿਊਲਰ ਹੈਗੇ ਨੇ, ਚੀਨਾ ਜਿਊਲਰ, ਸਾਰੇ ਜਾਣਦੇ ਹੋਣਗੇ ਚੰਗੀ ਤਰ੍ਹਾਂ ਇੰਦਰਜੀਤ ਸਿੰਘ ਚੀਨਾ, ਸ਼ੋਅ ਵਗੈਰਾ ਵੀ ਕਰਾਉਂਦੇ ਰਹਿੰਦੇ ਨੇ। ਉਹਨਾਂ ਨੇ ਸਾਲ ਦੇ ਵਿੱਚ ਇੱਕ ਸੇਲ ਲਾਉਣੀ ਹੁੰਦੀ ਹੈ ਪੂਰੇ ਸਾਲ ਦੇ ਵਿੱਚ, ਕੱਲ੍ਹ ਅਤੇ ਅੱਜ, ਯਾਨੀ ਕਿ ਥੈਂਕਸਗਿਵਿੰਗ ਡੇ ਅਤੇ ਬਲੈਕ ਫਰਾਈਡੇ ਇੱਕ ਸੇਲ ਲਾ ਕੇ, ਅਤੇ ਉਦੋਂ ਫਿਰ ਉੱਥੇ ਵੀ ਮੈਂ ਉਹ ਰਸ਼ ਦੇਖਿਆ ਜੋ ਅਸੀਂ ਬਾਕੀ ਵੱਡੇ ਸਟੋਰਾਂ 'ਚ ਦੇਖਦੇ, ਲਾਈਨਾਂ ਲੱਗੀਆਂ ਹੋਈਆਂ, ਮੈਂ ਪਹਿਲੀ ਵਾਰ ਦੇਖੀਆਂ ਇਸ ਤਰ੍ਹਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ। ਸੋ ਕੱਲ੍ਹ ਅਸੀਂ ਲਾਈਵ ਵੀ ਦਿਖਾਇਆ ਸੀ ਪ੍ਰੋਗਰਾਮ, ਅਤੇ ਕੱਲ੍ਹ ਵੀ ਉਹਨਾਂ ਨੇ ਸੋਨੇ ਦੀਆਂ ਚੈਨਾਂ ਜਿਹੜੀਆਂ ਅਸੀਂ ਕੱਢੀਆਂ ਸੀ, ਡਾਇਮੰਡ ਰਿੰਗਸ ਕੱਢੀਆਂ ਸੀਗੀਆਂ, ਅਤੇ ਅੱਜ ਜਿਹੜੀ ਗੱਲ ਕੱਢੀ ਹੈਗੀ ਆ ਉਹ ਸੋਨੇ ਦੀਆਂ ਚੈਨਾਂ ਅਤੇ ਡਾਇਮੰਡ ਰਿੰਗਸ ਜਿਹੜੀਆਂ ਕੱਢਣ ਤੋਂ ਇਲਾਵਾ ਇੱਕ ਫੋਰਡ ਫੀਸਟਾ ਕਾਰ ਵੀ, ਉਹਦਾ ਵੀ ਡਰਾ ਕੱਢਿਆ ਗਿਆ। ਉਹਦੇ 'ਚ ਕੁਝ ਜਿਵੇਂ ਸ਼ਰਤਾਂ ਸੀ, 500 ਦਾ ਜੇ ਕੋਈ ਸਮਾਨ ਖਰੀਦਦਾ ਤਾਂ ਉਹਦਾ ਨਾਮ ਜਿਹੜਾ ਗੋਲਡ ਚੇਨ ਜਾਂ ਡਾਇਮੰਡ ਰਿੰਗ ਦੇ ਵਿੱਚ ਪੈ ਜਾਂਦਾ, ਅਤੇ 500 ਤੋਂ ਘੱਟ ਖਰੀਦਦਾ ਅਤੇ ਉਹਨਾਂ ਨੂੰ ਫਿਰ ਚਾਂਦੀ ਦੇ ਕੜੇ ਵਗੈਰਾ ਉਹਨਾਂ ਨੇ ਦਿੱਤੇ ਆ, ਅਤੇ 3000 ਤੋਂ ਉੱਪਰ ਦਾ ਸੋਨਾ ਜਾਂ ਡਾਇਮੰਡ ਜਿਊਲਰੀ ਖਰੀਦਣ ਵਾਲਿਆਂ ਨੂੰ ਜਿਹੜਾ ਉਹ ਡਰਾ ਕਾਰ ਦਾ ਪਾਇਆ ਗਿਆ ਸੀ, ਤਾਂ ਉਹਦੇ ਵਿੱਚੋਂ ਜਿਹੜਾ ਡਰਾ ਅੱਜ ਕਾਰ ਵੀ ਕੱਢੀ ਗਈ ਹੈ। ਸੋ ਮੈਂ ਚਾਹੁੰਦਾ ਕਿ ਥੋੜ੍ਹੀ ਦੇਰ ਵਾਸਤੇ ਛੋਟਾ ਜਿਹਾ ਇੱਕ ਸੈਗਮੈਂਟ ਜਿਹੜਾ ਚੀਨਾ ਜਿਊਲਰ ਦੀ ਇਸ ਲੱਗੀ ਹੋਈ ਸੇਲ ਦਾ ਇੱਕ ਦੇਖ ਲੈਂਦੇ ਹਾਂ, ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ। ਦੇਖੋ ਚੀਨਾ ਜਿਊਲਰ ਦੀ ਇਹ ਬਲੈਕ ਫਰਾਈਡੇ ਦੀ ਖਾਸ ਸੇਲ ਦੀ ਝਲਕੀਆਂ। ਮੁਬਾਰਕਾਂ ਜੀ, ਮੁਬਾਰਕਾਂ ਜੀ, ਅੱਗੇ ਭਾਜੀ ਤੁਹਾਨੂੰ ਵੀ ਸੋਨੇ ਦੀ ਚੈਨ ਨਿਕਲੀ ਹੈ ਜੀ। ਵਾਹ ਜੀ ਵਾਹ, ਇਹਨਾਂ ਦਾ ਵੀ ਨਰਿੰਦਰ ਭਾਜੀ, ਜਿੱਤਨ ਭਾਈ ਫੋਟੋ ਖਿੱਚੋ ਫਟਾਫਟ। ਮੈਡਮ ਨਾਮ ਕੀ ਤੁਹਾਡਾ? ਨਾਮ ਦੱਸ ਦਿਓ। ਮਾਸ਼ਾਅੱਲਾ,
ਹਾਂਜੀ ਹੋ ਗਈਆਂ ਕਿੰਨੀਆਂ ਰਹਿੰਦੀਆਂ 20 ਇਹਨਾਂ ਦੇਤੀਆਂ ਜੀ ਹਜ਼ਾਰ ਇਹਨਾਂ ਦੇ ਦੇਤੀਆਂ ਆ ਗਏ ਇੱਕ ਓਕੇ ਜੀ ਗੁੱਡ ਲੱਕ ਜੀ ਤੇ ਇਹਦੇ 'ਚ ਇੱਕ ਚੀਜ਼ ਜ਼ਰੂਰ ਦੱਸੋ ਜੀ ਸਾਡੇ ਜਿਹੜੇ ਘਰਾਂ 'ਚ ਬੈਠੇ ਦਰਸ਼ਕ ਕਿ ਕਾਰ ਵਾਸਤੇ ਕਿੰਨੇ ਟੋਟਲ ਪਰਚੀਆਂ ਕਾਰ ਵਾਸਤੇ ਜੀ ਹਜੇ ਤੱਕ ਆਲਮੋਸਟ ਸਾਡੇ ਕੋਲ 410 ਕੁ ਪਰਚੀਆਂ ਪੈ ਚੁੱਕੀਆਂ ਨੇ 410 ਕੁ ਪਰਚੀਆਂ ਕਿਹਦੇ ਰੱਖਦਾ 410 ਕੁ ਪਰਚੀਆਂ ਪੈ ਚੁੱਕੀਆਂ ਨੇ ਹਜੇ ਪਈ ਜਾਣਗੀਆਂ ਹਜੇ ਸ਼ਾਮ ਤੱਕ ਭਾਗਾਂ ਵਾਲਾ ਜਿਹੜਾ ਵੀ ਮਰਜ਼ੀ ਪਾ ਸਕਦਾ ਜਿਹਨੂੰ ਵੀ ਮੌਕਾ ਲੈ ਸਕਦਾ ਕੋਈ ਵੀ ਬੰਦਾ ਠੀਕ ਹੈ ਜੀ ਚਲੋ ਬਹੁਤ ਵਧੀਆ ਜੀ ਅੱਗੇ ਨਾਲੋਂ ਐਤਕੀ ਪੂਰਾ ਬਹੁਤ ਜ਼ਿਆਦਾ ਜੀ ਇਸ ਵਾਰੀ ਤਾਂ ਉਤਸ਼ਾਹ ਬਹੁਤ ਜ਼ਿਆਦਾ ਸੀ ਲੋਕਾਂ 'ਚ ਬਹੁਤ ਵਧੀਆ ਆਹ ਆਪਣੇ ਭੈਣ ਜੀ ਹੋਰਾਂ ਨੂੰ ਵੀ ਚੈਨ ਨਿਕਲੀ ਹੈ ਜੀ ਲਓ ਜੀ ਨਾਮ ਦੱਸ ਦਿਓ ਜੀ ਆਪਣਾ ਬਲਦੀਪ ਸੇਖੋ ਬਲਦੀਪ ਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਐਲਗਰੋ ਅੱਛਾ ਹਰ ਸਾਲ ਉਹਨੇ ਕਿ ਪਹਿਲੀ ਵਾਰ ਆਇਆ ਹਰ ਸਾਲ ਉਹਨੇ ਹਾਂਜੀ ਬਹੁਤ ਵਧੀਆ ਬਹੁਤ ਬਹੁਤ ਮੁਬਾਰਕਾਂ ਲਓ ਜੀ ਚੈਨ ਬਹੁਤ ਸੋਹਣੀ ਚੈਨ ਹੈ ਫੋਟੋ ਖਿੱਚੋ ਭਾਜੀ ਇੱਕ ਖਿੱਚੀ ਤੇ ਹੋਰ ਵੀ ਅਗਲੀ ਵਾਰ ਮੇਰੇ ਖਿਆਲ ਅਗਲੀ ਵਾਰ ਬਾਹਰੋਂ ਹੋਰਾਂ ਸਟੇਟਾਂ 'ਚੋਂ ਵੀ ਆਉਣਗੇ ਲੋਕ ਜ਼ਰੂਰ ਬਿਲਕੁਲ ਜੀ ਬਿਲਕੁਲ ਜੀ ਹੁਣ ਵੀ ਦੂਜੀਆਂ ਸਟੇਟਾਂ ਤੋਂ ਆਏ ਨੇ ਆਪਣੇ ਕੋਲ ਕਾਫੀ ਕਸਟਮਰ ਆਏ ਹੋਏ ਨੇ ਜੀ ਤੇ ਸਾਰਿਆਂ ਨੇ ਬਹੁਤ ਰੱਜ ਰੱਜ ਕੇ ਸਮਾਨ ਲਿਆ ਭੈਣ ਭਾਈਆਂ ਨੇ ਬਹੁਤ ਖੁਸ਼ ਹੋ ਕੇ ਗਏ ਨੇ ਸਭ ਦਾ ਥੈਂਕ ਯੂ ਕਰਦੇ ਹਾਂ ਅਸੀਂ ਬਹੁਤ ਬਹੁਤ ਉਹਨਾਂ ਦਾ ਥੈਂਕ ਯੂ ਤੁਹਾਡਾ ਵੀ ਬਹੁਤ ਥੈਂਕ ਯੂ ਇੰਨਾ ਵਧੀਆ ਕੰਮ ਕਰਨ ਦਾ ਇੰਨਾ ਵਧੀਆ ਉਪਰਾਲਾ ਕਰਨਾ ਇਹਨਾਂ ਦੇ ਭੈਣਾਂ ਭਰਾਵਾਂ ਦੇ ਨਾਲ ਹੀ ਕਰਦੇ ਆ ਜੀ ਇਹਨਾਂ ਦੀ ਖੁਸ਼ੀ ਨਾਲ ਹੀ ਥੈਂਕ ਯੂ ਜੀ ਗੱਲ ਕਰ ਰਹੇ ਹਾਂ ਚੀਨਾ ਦੇ ਨਾਲ ਚੀਨਾ ਜੀ ਜਿਹੜੀਆਂ ਕਾਰ ਦੀਆਂ ਖਾਸ ਤੌਰ ਤੇ ਪਰਚੀਆਂ ਹੈਗੀਆਂ ਹਾਂਜੀ ਕਾਰ ਦੇ ਲਈ ਡਰਾਅ ਜਿਹੜੀਆਂ ਜਿਹੜਾ ਬੰਪ ਡਰਾਅ ਹੁਣ ਕੱਢਣ ਜਾ ਰਿਹਾ ਚੇਨੀਆਂ ਕੱਢਤੀਆਂ ਡਾਇਮੰਡ ਰਿੰਗਸ ਕੱਢਤੀਆਂ ਜੇ ਸੱਚੀ ਸੱਚੀ ਦੱਸਿਓ ਦਿਲ ਤੇ ਤੁਹਾਡੇ ਮੈਂ ਹੱਥ ਰੱਖ ਲੈਣਾ ਕਿੰਨੀਆਂ ਆ ਕਿੰਨੀਆਂ ਟਿਕਟਾਂ ਕਿੰਨੀਆਂ ਟਿਕਟਾਂ ਇੱਕ ਨੰਬਰ ਦੇਖਾਂ ਲਓ ਜੀ ਫੜ ਲਿਆ ਜੀ ਰਾਹ 'ਚ ਫੜ ਲਿਆ 451 ਟਿਕਟਾਂ ਨੇ ਟੋਟਲ ਵਾਹ ਜੀ ਵਾਹ ਕਿਆ ਸ਼ਗਨਾਂ ਦੀ ਗੱਲ ਹੋਈ ਆ 451 ਵਾਹ ਜੀ ਵਾਹ ਕਿਉਂਕਿ ਆਪਣੇ ਦੇਖੋ ਚੱਲਦਾ ਹੈ ਜੀ $51 ਰੁਪਈਏ ਤਾਂ 451 ਵੈਰੀ ਗੁੱਡ ਨੰਬਰ ਔਰ ਬਾਬੇ ਨਾਨਕ ਦਾ ਜਨਮ ਦਿਹਾੜਾ ਸੀ 550 ਰਾਈਟ ਇਹਦਾ ਮਤਲਬ ਕਿ ਅਗਲੇ ਸਾਲ ਜਾ ਕੇ ਤੁਸੀਂ ਇਹ 551 ਹੋ ਜਾਣੇ ਆ 551 ਕਰ ਦੇਣੇ ਆ ਜੀ ਲਓ ਜੀ ਸਭ ਤੋਂ ਪਹਿਲਾਂ ਅਸੀਂ ਇੱਕ ਵਾਰ ਫੇਰ ਜਿਹੜੇ ਵੀ ਸਾਡੇ ਪ੍ਰੋਗਰਾਮ ਦੇਖਣ ਵਾਲੇ ਸਾਡੇ ਜਿੰਨੇ ਵੀ ਦਰਸ਼ਕ ਹੈਗੇ ਆ ਉਹਨਾਂ ਨੂੰ ਬਾਬੇ ਨਾਨਕ ਦੇ ਇਸ 550ਵੇਂ ਦਿਹਾੜੇ ਦੇ ਉੱਤੇ ਬਹੁਤ ਬਹੁਤ ਦਿਲੀ ਮੁਬਾਰਕਬਾਦ ਔਰ ਜੋ ਇਹ ਸਾਲ ਆ ਬਹੁਤ ਮੁਬਾਰਕਬਾਦ ਹੋਇਆ ਸਾਰਿਆਂ ਦੇ ਲਈ ਓਕੇ ਇੰਦਰਜੀਤ ਜੀ ਹਾਂਜੀ ਤੁਸੀਂ ਮਾਈਕ ਆਪਣੇ ਹੱਥ ਫੜ ਲਓ ਇਹਨੂੰ ਆਪਾਂ ਕਰਦੇ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜਿੰਨੇ ਪਰਿਵਾਰ ਇੱਥੇ ਆਏ ਆ ਜਾਂ ਕੱਲ੍ਹ ਜਿੰਨੇ ਪਰਿਵਾਰ ਆਏ ਸੀਗੇ ਤੁਹਾਡੇ ਦਿਲੋਂ ਉਹਨਾਂ ਲਈ ਕੀ ਆਵਾਜ਼ ਨਿਕਲ ਰਹੀ ਹੈਗੀ ਆ ਮੈਂ ਤਾਂ ਜੀ ਉਹਨਾਂ ਦਾ ਸ਼ੁਕਰੀਆ ਕਰਦਾ ਹੀ ਨਹੀਂ ਥੱਕਦਾ ਜੀ ਸਾਰੇ ਭੈਣ ਭਰਾਵਾਂ ਨੇ ਇੰਨਾ ਸਾਥ ਦਿੰਦੇ ਆ ਤੇ ਉਹ ਇੰਨਾ ਉਹਨਾਂ ਦੇ ਗੁੱਡ ਰਿਸਪੌਂਸ ਨਾਲ ਹੀ ਮੈਂ ਇਹ ਸਾਰਾ ਕੁਝ ਕਰ ਪਾਉਣਾ ਹਾਂਜੀ ਹਾਂਜੀ ਨਹੀਂ ਤਾਂ ਮੈਂ ਕੁਝ ਨਹੀਂ ਕਰ ਪਾ ਸਕਦਾ ਓਕੇ ਮੈਨੂੰ ਖੁਸ਼ੀ ਹੁੰਦੀ ਹੈ ਵੀ ਚਲੋ ਮੈਂ ਭੈਣ ਭਾਈ ਨੂੰ ਕਿਸੇ ਲੋੜਵੰਦ ਨੂੰ ਭੈਣ ਨੂੰ ਨਿਕਲੇ ਕਿਸੇ ਨੂੰ ਵੀ ਲੋੜਵੰਦ ਨੂੰ ਰੱਬ ਉਹਨਾਂ ਨੂੰ ਦੇਵੇ ਓਕੇ ਜਿਹਨੂੰ ਜ਼ਰੂਰਤ ਹੈਗੀ ਆ ਮਿਹਨਤ ਕਰਕੇ ਇਸ ਪਾਸੇ ਲੱਗੇ ਹੈਗੇ ਆ ਔਰ ਮੈਂ ਚਾਹਾਂਗਾ ਕਿ ਦੋਨੇ ਮਾਂ ਪਿਓ ਆਪਣੇ ਪੁੱਤਰ ਦੇ ਲਈ ਅਸੀਸਾਂ ਤਾਂ ਦਿੰਦੇ ਆ ਅੱਜ ਸਾਹਮਣੇ ਸਾਰਿਆਂ ਦੇ ਤੁਸੀਂ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਅਸੀਂ ਤਾਂ ਕਹਿਣੇ ਆ ਜੀ ਵੀ ਇਸ ਤਰ੍ਹਾਂ ਹੀ ਜਿਸ ਤਰ੍ਹਾਂ ਕਾਕੇ ਨੇ ਕੰਮ ਕੀਤਾ ਇਹ ਕਰਦਾ ਰਹੇ ਮਾਲਕ ਦੀ ਕਿਰਪਾ ਹੋਊ ਇਹਦੂ ਵੀ ਕਿਤੇ ਜ਼ਿਆਦਾ ਚੜ੍ਹਾਈ ਹੋਊਗੀ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਅਤੇ ਇਹ ਤਾਂ ਸੀ ਜੀ ਪੀ ਦੇ ਦਿਲੋਂ ਨਿਕਲੀ ਗੱਲ ਮਾਂ ਦੇ ਦਿਲੋਂ ਤਾਂ ਕਹਿੰਦੇ ਹੁੰਦੇ ਮਾਂ ਦੀ ਇੱਕ ਜਿਹੜਾ ਸਾਹ ਆ ਇੱਕ ਇੱਕ ਸਾਹ ਜਿਹੜਾ ਆਪਣੇ ਪੁੱਤ ਲਈ ਅਸੀਸਾਂ ਦਿੰਦਾ ਹੈਗਾ ਤਾਂ ਤੁਸੀਂ ਮੈਂ ਤੁਹਾਨੂੰ ਪੁੱਛਣਾ ਨਹੀਂ ਚਾਹੁੰਦਾ ਮੈਂ ਤੁਹਾਡੇ ਦੇ ਰਿਹਾ ਤੁਹਾਡੀ ਅੱਖਾਂ ਦੇ ਵਿੱਚ ਜੋ ਇਸ ਵੇਲੇ ਪਿਆਰ ਦੇ ਉਹ ਹੰਝੂ ਹੈ ਨਾ ਉਹ ਬਹੁਤ ਵਧੀਆ ਤੁਸੀਂ ਕੀ ਕਹਿਣਾ ਚਾਹੋਗੇ ਫਿਰ ਜੀ ਅਸੀਂ ਕਹਿੰਦੇ ਜੀ ਜਿਸ ਤਰ੍ਹਾਂ ਮੇਰਾ ਬੇਟਾ ਪਰਮਾਤਮਾ ਇਸ ਤਰ੍ਹਾਂ ਬੇਟੇ ਸਭ ਨੂੰ ਦੇਵੇ ਇਹਦੇ ਵਰਗਾ ਵਾਹ ਜੀ ਵਾਹ ਲਓ ਜੀ ਅੱਜ ਸਾਰਿਆਂ ਨੂੰ ਇੱਕ ਚੀਜ਼ ਦਾ ਤਾਂ ਵਾਧਾ ਹੋ ਗਿਆ ਕਿ ਜਿੱਥੇ ਕਹਿਣ ਦਾ ਮਤਲਬ ਕਿ ਮਾਂ ਦੇ ਕੋਲੋਂ ਅਸੀਸ ਔਰ ਚੀਨੇ ਨੇ ਜਿਹੜੀਆਂ ਇਸ ਵੇਲੇ ਜੰਜੀਰੀਆਂ ਵੰਡੀਆਂ ਹੈਗੀਆਂ ਉਹਦੇ ਨਾਲ ਮਾਂ ਵੱਲੋਂ ਆਸ਼ੀਰਵਾਦ ਆਇਆ ਕਿ ਸਾਰਿਆਂ ਨੂੰ ਜਿਹੜਾ ਆ ਇੰਦਰਜੀਤ ਚੀਨੇ ਵਰਗਾ ਇੰਦਰਜੀਤ ਸਿੰਘ ਚੀਨੇ ਵਰਗਾ ਪੁੱਤਰ ਮਿਲੇ ਤਾਂ ਮੈਂ ਭਾਬੀ ਤੁਹਾਨੂੰ ਵੀ ਬੁਲਾਊਂਗਾ ਜਿਹੜਾ ਤੁਸੀਂ ਵੀ ਆ ਜਾਓ ਇੱਥੇ ਤੁਸੀਂ ਇੱਥੇ ਆਓ ਇੰਦਰਜੀਤ ਦੇ ਕੋਲ ਆਓ ਉੱਥੇ ਆਓ ਲਓ ਜੀ ਜਿਹੜੀ ਆਹ ਜਿਹੜੀ ਗੱਲ ਆ ਨਾ ਆਹ ਜਿਹੜੀ ਆ ਹੁਣ ਜਿਹੜੀ ਦਿਖਾਉਣ ਲੱਗਾ ਤੁਹਾਨੂੰ ਮੈਂ ਦੇਖੋ ਇਹ ਆ ਉਹ ਦੋ ਚਿਹਰੇ ਔਰ
ਆ ਨੇ ਉਹ ਦੋ ਚਿਹਰੇ ਜਿਨ੍ਹਾਂ ਨੇ ਇਸ ਪਰਿਵਾਰ ਨੂੰ ਇਕੱਠਿਆਂ ਕੀਤਾ ਹੈਗਾ ਔਰ ਅਸੀਂ ਜਦੋਂ ਵੀ ਗੱਲ ਕਰਦੇ ਹੈਗੇ ਹਾਂ ਠੀਕ ਹੈ ਟੀ ਵੀ ਦੇ ਉੱਤੇ ਜਾਂ ਰੇਡੀਓ ਪੰਜਾਬ ਦੇ ਉੱਤੇ ਅਸੀਂ ਕੱਲ੍ਹ ਤੋਂ ਜ਼ਰੂਰ ਲੱਗੇ ਹੋਏ ਹੈਗੇ ਹਾਂ ਸਾਰੇ ਜਾਣੇ ਪਰ ਇਸ ਪਰਿਵਾਰ ਨੇ ਔਰ ਇਸ ਮੁੰਡੇ ਨੇ ਔਰ ਇਸ ਬੋਟੀ ਨੇ ਯਾਨੀ ਕਹਿੰਦਾ ਮਤਲਬ ਕਿ ਮਿਸਿਸ ਚੀਨਾ ਔਰ ਇੰਦਰਜੀਤ ਜੀ ਜੋ ਉਹਨਾਂ ਕੋਲੋਂ ਸਿੱਖਿਆਵਾਂ ਲਈਆਂ ਜੋ ਉਹਨਾਂ ਕੋਲੋਂ ਪਿਆਰ ਲਿਆ ਔਰ ਉਸ ਪਿਆਰ ਸਦਕਾ ਅੱਜ ਇਹਨਾਂ ਨੇ ਆਪਣੀ ਕਮਿਊਨਿਟੀ ਨੂੰ ਜੋ ਤੋਹਫੇ ਦਿੱਤੇ ਨੇ ਜੋ ਪਿਛਲੇ ਸਾਲਾਂ ਤੋਂ ਲੱਗੇ ਹੋਏ ਨੇ ਉਹਦੇ ਲਈ ਅਸੀਂ ਇਹਨਾਂ ਨੂੰ ਆਪਣੇ ਜਸ ਪੰਜਾਬੀ ਵੱਲੋਂ ਹੀ ਨਹੀਂ ਜਿੰਨੇ ਵੀ ਪਰਿਵਾਰ ਇੱਥੇ ਆਏ ਆ ਸਾਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹੈਗੇ ਹਾਂ ਔਰ ਰੱਬ ਅੱਗੇ ਇਹੀ ਦੁਆ ਕਰਦੇ ਹੈਗੇ ਹਾਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਵੀ ਇਹ ਇਸ ਤਰੀਕੇ ਨਾਲ ਲਹਿਰਾ ਵਹਿਰਾ ਲਾਉਣ ਕਿਉਂਕਿ ਜਿਹੜਾ ਗਹਿਣਾ ਗੱਟਾ ਆ ਇੱਕ ਪਰਿਵਾਰ ਦੇ ਲਈ ਬਹੁਤ ਜ਼ਰੂਰੀ ਆ ਚਾਹੇ ਪੈਸਾ ਆ ਚਾਹੇ ਜਾਇਦਾਦ ਹੈਗੀ ਆ ਉਹ ਨਿੱਕ ਉਹਦਾ ਕਦੇ ਮੁੱਲ ਘੱਟ ਜਾਂਦਾ ਮਗਰ ਇੱਕ ਸੋਨਾ ਇਹੋ ਜਿਹੀ ਚੀਜ਼ ਆ ਕਿ ਜਿਹੜਾ ਸੋਨੇ ਨੂੰ ਸੋਨਾ ਬਣਾ ਕੇ ਰੱਖਦਾ ਔਰ ਤੁਸੀਂ ਸੋਨੇ 'ਤੇ ਸੁਹਾਗੇ ਜਿਹੜੇ ਦਿੱਤੇ ਆ ਸਾਰਿਆਂ ਨੂੰ ਕਿਸੇ ਨੂੰ ਚੇਨ ਦੇ ਦਿੱਤੀ ਕਿਸੇ ਉਹ ਦੇ ਦਿੱਤੇ ਤਾਂ ਮੈਂ ਸਿਰਫ ਇਸ ਮੌਕੇ ਦੇ ਉੱਤੇ ਹੁਣ ਸਿਰਫ ਭੈਣ ਜੀ ਨੂੰ ਇਹ ਗੱਲ ਕਹਾਂਗਾ ਕਿ ਤੁਸੀਂ ਵੀ ਧੰਨਵਾਦ ਵੱਲੋਂ ਕੀ ਕਹਿਣਾ ਚਾਹੁੰਦੇ ਹੈਗੇ ਆ ਮੈਂ ਆਪਣੇ ਸਾਰੇ ਜਿੰਨੇ ਵੀ ਭੈਣ ਭਰਾ ਕਸਟਮਰ ਹੈ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ ਇਹ ਸਭ ਜੋ ਵੀ ਕੁਛ ਹੋ ਰਿਹਾ ਹੈ ਸਾਡੇ ਮੰਮੀ ਡੈਡੀ ਦਾ ਆਸ਼ੀਰਵਾਦ ਹੈ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਇਹ ਸਭ ਕੁਛ ਹੈ ਅੱਗੇ ਵੱਧ ਰਿਹਾ ਜੋ ਵੀ ਕੁਛ ਹੋ ਰਿਹਾ ਉਹਨਾਂ ਨਾਲ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਨਹੀਂ ਮੈਂ ਹੁਣ ਤਾਂ ਨਹੀਂ ਗੱਲਾਂ ਦੇ ਉੱਤੇ ਨਾ ਲੜਨੇ ਨੇ ਪਰ ਮੈਂ ਇਸ ਗੱਲ ਦੇ ਉੱਤੇ ਜ਼ਰੂਰ ਕਹੂੰਗਾ ਕਿ ਦੇਖੋ ਕਈ ਵਾਰੀ ਇਹ ਹੁੰਦਾ ਕਿ ਬੰਦਾ ਫਕਰ ਦੇ ਨਾਲ ਕੁਛ ਹੋਰ ਮਗਰ ਜਿਹੜੇ ਅੱਖਾਂ ਦੇ ਵਿੱਚ ਇੱਕ ਜਿਹੜਾ ਪਿਆਰ ਉੱਭਰ ਰਿਹਾ ਇਸ ਵੇਲੇ ਜੋ ਲਾਲੀ ਆ ਰਹੀ ਹੈ ਔਰ ਅੱਖਾਂ ਦੇ ਵਿੱਚ ਅਗਰ ਗਹਿਰਾਈ ਨਾਲ ਦੇਖੋ ਕੈਮਰਾ ਫੜ ਰਿਹਾ ਕਿ ਇੱਕ ਜਿਹੜੇ ਹੰਝੂ ਵਿੱਚ ਉਹ ਇੱਕ ਪਿਆਰ ਦੇ ਹੰਝੂ ਨੇ ਕਿ ਅੱਜ ਕਿਸ ਤਰੀਕੇ ਨਾਲ ਜਿਹੜੇ ਇੱਕ ਕੰਮ ਨੂੰ ਮਿੱਥਿਆ ਸੀਗਾ ਉਹ ਪੂਰਾ ਹੋਇਆ ਹੈਗਾ ਬਿਲਕੁਲ ਜੀ ਮਹਾਰਾਜ ਬੜਾ ਵਧੀਆ ਮੈਂ ਫਿਰ ਹੁਣ ਆਪਣੀ ਬੋਲੀ ਨੂੰ ਦਿੰਦਾ ਵਿਰਾਮ ਤੇ ਤੁਸੀਂ ਉਹ ਜੋ ਸ਼ੁਰੂ ਮਾਈਕ੍ਰੋਫੋਨ ਤੁਹਾਡੇ ਕੋਲ ਹੈਗਾ ਕੀ ਕਰਨਾ ਚਾਹੁੰਦੇ ਆਪਾਂ ਇੱਥੇ ਲਾਟੇ ਇੱਥੋਂ ਹੀ ਕੱਢੋਗੇ ਜਾ ਕੇ ਉੱਧਰ ਕਰਨਾ ਠੀਕ ਆ ਠੀਕ ਆ ਓਕੇ ਜੀ ਵੀਡੀਓ ਬਣਾ ਲਓ ਆ ਜਾ ਵੀਡੀਓ ਬਣਾ ਲਓ ਫੜ ਲਓ ਫੋਨ ਲਾਈਵ ਚੱਲੀ ਲਾਈਵ ਚੱਲ ਰਹੀ ਹੈ ਚੱਲ ਰਿਹਾ ਸਾਰਾ ਓਕੇ ਜੀ ਓਕੇ ਲਓ ਜੀ ਹੁਣ ਕਿਸੇ ਨੇ ਜੀ ਹੱਥ ਮਾਰਨਾ ਮਾਰ ਲਓ ਫਲਾਉਣਾ ਤਾਂ ਹਲਾ ਦਿਓ ਹੱਥ ਚਲਾਉਣਾ ਠੀਕ ਹੋਣ ਤੁਹਾਡੇ ਇਹ ਵੀ ਗੱਲ ਹੈ ਪਹਿਲਾਂ ਠੀਕ ਹੁੰਦਾ ਓਪਨ ਆਪਾਂ ਨੂੰ ਕਿਸੇ ਦਾ ਨਹੀਂ ਕੋਈ ਗੱਲ ਨਹੀਂ ਕਰ ਸਕਦਾ ਕੋਈ ਨਹੀਂ ਠੀਕ ਹੈ ਜੀ ਤੂੰ ਮਾਰਨਾ ਪੁੱਤ ਮਾਰਦੇ ਹੱਥ ਮਾਰਦੇ ਮਾਰਦੇ ਹੱਥ ਮਾਰਦੇ ਉਹ ਮਾਰਦੇ ਹੱਥ ਮਾਰਦੇ ਹੱਥ ਮਾਰਨਾ ਹਲਾ ਦੇ ਆ ਜਾ ਵੀ ਆ ਜਾ ਸੁਖਪ੍ਰੀਤ ਚੱਲ ਬਸ ਆ ਜਾ ਬੇਟੇ ਆ ਜਾ ਨਾ ਕੱਢਣਾ ਨਹੀਂ ਉਹ ਬੇਟਾ ਕੱਢ ਦਿੰਦਾ ਉੱਪਰ ਤੂੰ ਮਿਕਸ ਕਰਦੇ ਨਾ ਬਸ ਚੱਕੀ ਉਹ ਡਿੱਗ ਪਿਆ ਥੱਲੇ ਚੱਕੀ ਚੱਕੀ ਪੈਣਾ ਬਸ ਬੇਟਾ ਆ ਜਾ ਵੀ ਆ ਜਾ ਵੀਡੀਓ ਦੇ ਦੇ ਵੀਡੀਓ ਬਣਾ ਲੈ ਵੀ ਸ਼ੇਰ ਜੀ ਠੀਕ ਆ ਜੀ ਖੁਸ਼ ਹੋ ਕੇ ਤੁਹਾਨੂੰ ਟੀ ਵੀ 'ਤੇ ਦੇਖ ਰਿਹਾ ਸਾਰੇ ਜਣੇ ਲਓ ਜੀ ਪੈਰੇ ਖੋਲ ਦੀਏ ਹਾਂਜੀ ਹਾਂਜੀ ਖੋਲ ਦੋ ਜੀ ਤੂੰ ਅੱਖਾਂ ਬੰਦ ਕਰ ਲੈ ਸਮਾਈਲ ਪਲੀਜ਼ ਅੱਖਾਂ ਬਹੁਤ ਬੰਦ ਅੱਖਾਂ ਬੰਦ ਮੂੰਹ ਖੋਲ ਅੱਖਾਂ ਬੰਦ ਇਹਦੇ ਵਿੱਚ ਹੱਥ ਪਹਿਲਾਂ ਮਾਰ ਦੇ ਚੰਗੀ ਤਰ੍ਹਾਂ ਹੱਥ ਮਾਰ ਲੈ ਦੋਵੇਂ ਹੱਥ ਮਾਰ ਦੇ ਦੋਵੇਂ ਹੱਥ ਕਸਰਾ ਕੱਢ ਲਈ ਓ ਵੈਰੀ ਗੁੱਡ ਲੈ ਚੰਗੀ ਤਰ੍ਹਾਂ ਦੇਖ ਲੈ ਜਗਾ ਜੀ ਇਹ ਬਸ ਬਸ ਖੜ ਜਾ ਖੜ ਜਾ ਖੜ ਜਾ ਬਾਹਰ ਖੜ ਜਾ ਫਟਾਸ ਕਰ ਬਸ ਚਲ ਚਲ ਕੱਢ ਦੇ ਮਨਪ੍ਰੀਤ ਮਨਪ੍ਰੀਤ ਸਟੋਕਟਨ ਤੋਂ ਤੁਹਾਡਾ ਨੰਬਰ ਹੈਗਾ
ਤੁਹਾਡੇ ਪਾਸੇ ਕੀਤਾ ਆ? ਨਹੀਂ, ਅਸੀਂ ਤਾਂ ਮੈਰਿਡ ਆ ਤੇ ਪਰ ਮੇਰਾ ਕਹਿਣ ਦਾ ਮਤਲਬ ਕਿ ਮੈਂ ਸਿਰਫ ਉਸ ਚੀਜ਼ ਨੂੰ ਲੈ ਕੇ ਆ ਰਿਹਾ ਕਿ ਜਦੋਂ ਉਹਨਾਂ ਜੁਵਲਰੀ ਖਰੀਦੀ ਸੀਗੀ ਉਹਨਾਂ ਦੇ ਅਪ੍ਰੈਲ 'ਚ ਘਰ ਦੇ ਵਿੱਚ ਸੰਧੂ ਪਰਿਵਾਰ ਨੇ ਖਰੀਦੀ ਸੀ, ਉਹ ਕੁੜੀ ਦੇ ਨਹੀਂ, ਕੁੜੀ ਦਾ ਤਾਂ ਵਿਆਹ ਸੀਗਾ ਉਸਦਾ, ਤਾਂ ਮਗਰ ਉਹਦੇ ਨਾਂ 'ਤੇ ਸੀਗੀ। ਤੁਹਾਡੀ ਫੈਮਿਲੀ ਵਿੱਚ ਵੀ ਕੁਛ ਇੱਦਾਂ ਹੈ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੈਡਿੰਗ ਦਾ ਜਿੱਦਾਂ ਸੋਨਾ ਖਰੀਦਿਆ? ਨਹੀਂ, ਜਸਟ ਸੇਵਿੰਗ ਵਾਸਤੇ ਕੀਤਾ ਸੀਗਾ ਐਂਡ ਦੈਟਸ ਅਬਾਊਟ ਇਟ। ਪਹਿਲਾਂ ਕਿੰਨੀਆਂ ਕਾਰਾਂ ਹੈਗੀਆਂ? ਚਾਰ। ਵੈਸੇ ਵਧੀਆ ਆ। ਦੇਖੋ ਜੀ, ਸਾਡੇ ਸਾਡੇ ਪੰਜਾਬੀਆਂ 'ਚ ਦੇਖੋ ਪੰਜ ਬਹੁਤ ਜ਼ਰੂਰੀ ਆ, ਔਰ ਇਸ ਵੇਲੇ ਬਾਬੇ ਨਾਨਕ ਦੇ ਵੀ ਦੇਖੋ ਪੰਜ ਪੰਜ ਹੈ ਨਾ, ਪੰਜ ਪੰਜ ਦੇ ਨਾਲ ਦਸ ਦੀ ਜੀਰੋ ਆ ਗਈ ਤਾਂ 550 ਆ ਉਹਨਾਂ ਦਾ। ਔਰ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਆ ਸਾਡੇ ਜੱਟ। ਥੈਂਕ ਯੂ ਸੋ ਮਚ। ਥੈਂਕ ਯੂ। ਥੈਂਕ ਯੂ ਜੀ। ਇਹਨਾਂ ਨੇ ਸਮਾਨ ਵੀ ਬੜੇ ਖੁੱਲੇ ਦਿਲ ਨਾਲ ਖਰੀਦੇ ਆ ਜੀ। ਦੇਖੋ ਜੀ ਮੇਰੀਆਂ ਟਿਕਟਾਂ। ਆ ਦਿਖਾ ਦਿਓ, ਦਿਖਾ ਦਿਓ, ਦਿਖਾ ਲਿਓ ਜਰਾ ਟਿਕਟਾਂ, ਦਿਖਾ ਲਿਓ। ਯਾ 235 ਨੰਬਰ। ਮੈਨੂੰ ਐਕਚੁਅਲੀ ਡ੍ਰੀਮ ਆਇਆ ਸੀਗਾ ਕਿ ਮੇਰਾ 235 ਨੰਬਰ ਆਇਆ, 2 ਵੀ ਆ ਰਿਹਾ ਹੈ। ਆਈ ਸਵੇਅਰ ਟੂ ਗੋਡ। ਲੋ ਜੀ, ਸੱਚੀ ਗੱਲ ਆ, ਕਮਾਲ ਹੀ ਹੋ ਗਈ। ਕਿੰਨੀ ਟਿਕਟ? 235। ਆ ਲੋ ਜੀ, ਲੋ ਜੀ, ਇੱਕ ਮਿੰਟ ਹਿੱਸਾ ਮੈਚ ਕਰ ਲਓ। ਆ ਲੋ ਜੀ, ਠੀਕ ਹੈ ਜੀ, ਬਸ ਠੀਕ ਹੈ ਜੀ, ਪੱਕਾ ਪੱਕਾ ਹੋ ਗਿਆ ਜਗਾ। ਹਾਂ, ਪ੍ਰਿੰਟ ਆਊਟ ਵੀ ਦਿਖਾ ਦੇ ਪਾਸੇ ਦੱਸੋ। ਆ ਪਿੱਛੇ ਇਹਨਾਂ ਦਾ ਨਾਮ ਆ ਗਿਆ। Oh my god, yeah. Can't believe it. Lucky hai bhai tu. Haan ji, thank you. ਲਓ ਜੀ, ਸਾਰੇ ਹੱਥ ਰੱਖੋ, ਲਓ ਜੀ, ਸਾਰੇ ਲਓ ਜੀ, ਫੋਟੋ ਖਿੱਚੀ ਜਾਵੇ ਇਦਾਂ ਜੀ ਕਰਕੇ। ਬਿਊਟੀਫੁਲ। ਲਓ ਜੀ, ਵਾਹ ਜੀ ਵਾਹ, ਵਾਹ ਜੀ ਵਾਹ, ਬਹੁਤ ਵਧੀਆ। ਔਰ ਨਾਲ ਦੀ ਨਾਲ ਜਿਹੜੀ ਹੈ ਮਨਪ੍ਰੀਤ ਜੀ, ਇਹਨਾਂ ਨੂੰ ਨਿਕਲੇ ਆ ਕਾਰ, ਅਤੇ ਉਸ ਤੋਂ ਬਾਅਦ ਡਾਇਮੰਡ ਰਿੰਗ ਵੀ ਮੈਨੂੰ ਲੱਗਦਾ ਇਹਨਾਂ ਨੂੰ ਨਿਕਲੀ ਹੈ। ਚਲੋ ਖੈਰ, ਬਹੁਤ ਬਹੁਤ ਮੁਬਾਰਕਬਾਦ ਇਹਨੂੰ ਦਿੰਦੇ ਹਾਂ। ਔਰ ਗੱਲ ਜੇ ਕਰੀਏ ਤਾਂ ਮੇਰੇ ਹਿਸਾਬ ਦੇ ਨਾਲ ਜੇ ਇਹਨਾਂ ਇਕੱਲਿਆਂ ਨੇ ਬਾਹਲਾ ਨਹੀਂ, ਤਾਂ 35-30 ਹਜ਼ਾਰ ਦਾ ਜਿਹੜਾ ਸੋਨਾ ਜ਼ਰੂਰ ਖਰੀਦਿਆ ਹੋਏਗਾ, ਜਿਹੜੀਆਂ ਇੰਨੀਆਂ ਟਿਕਟਾਂ ਉਹਨਾਂ ਕੋਲ ਸੀਗੀਆਂ। ਚਲੋ ਜੀ, ਰੱਬ ਸਭ ਨੂੰ ਇੰਨੀ ਜੋਗਾ ਕਰੇ ਵੀ 10-10 ਟਿਕਟਾਂ ਖਰੀਦੋ, 30-30, 40-40 ਹਜ਼ਾਰ ਦਾ ਸੋਨਾ ਖਰੀਦੋ, ਬਹੁਤ ਚੰਗੀ ਗੱਲ ਹੈ। ਪਰ ਬਹੁਤ ਸਾਰੇ ਲੋਕਾਂ ਨੂੰ ਜਦੋਂ ਅਸੀਂ ਉੱਥੇ ਪੁੱਛਿਆ ਤਾਂ ਉਹ ਕਹਿੰਦੇ ਵੀ ਇੱਕ ਬਹਾਨੇ ਸਿਰ ਜਿਹੜੀ ਘਰ ਦੇ ਵਿੱਚ ਚੀਜ਼ ਬਣ ਜਾਂਦੀ ਹੈ, ਔਰ ਸੋਨਾ ਜਿਹੜਾ ਘਰ ਪਿਆ ਵਾ ਉਹ ਕਦੇ ਵੀ ਸਾਡਾ ਕੰਮ ਜਿਹੜਾ ਆ ਜਾਂਦਾ ਹੈਗਾ। ਸੋ ਇਹ ਚੀਨਾ ਜੂਲਰ ਦੀ ਸੇਲ ਜਿਹੜੀ ਸੀਗੀ ਸੋਨੇ ਦੀ, ਹਰ ਸਾਲ ਨਵੰਬਰ ਦੇ ਵਿੱਚ ਹੁੰਦੀ ਹੈ, ਜਾਣੀ ਕਿ ਥੈਂਕਸਗਿਵਿੰਗ ਅਤੇ ਬਲੈਕ ਫਰਾਈਡੇ ਆ। ਦੇਖਣ ਵਾਲੇ, ਤਸਵੀਰਾਂ ਬਣਾਉਣ ਵਾਲੇ ਇਹ ਬਣ ਗਿਆ ਸੀਗਾ, ਅਤੇ ਬਹੁਤ ਤਕੜਾ ਕੰਮ ਇਹਨਾਂ ਦਾ ਚੱਲਦਾ ਸੀ, ਅਤੇ ਪੂਰੀ ਦੁਨੀਆ ਦੇ ਵਿੱਚ ਨਾਮ ਇਹਨਾਂ ਦਾ ਜਿਹੜਾ ਹੈਗਾ ਉਹ ਜਾਣਿਆ ਜਾਂਦਾ। ਬਹੁਤ ਸਾਰੀਆਂ ਤਸਵੀਰਾਂ ਅਸੀਂ ਦੇਖਦੇ ਹਾਂ। ਅਗਰ ਅਸੀਂ ਗੱਲ ਕਰੀਏ ਇਸ਼ਕ ਹਕੀਕੀ ਦੀਆਂ ਗੱਲਾਂ ਕਰੀਏ ਤਾਂ ਉਹ ਵੀ ਇਹਨਾਂ ਨੇ ਜਿਹੜੀ ਕੀਤੀਆਂ ਨੇ। ਜੇ ਗੁਰੂ ਨਾਨਕ ਦੇਵ ਜੀ ਦੀ ਗੱਲ ਕਰੀਏ ਤਾਂ 1937 ਦੇ ਵਿੱਚ ਜਿਹੜੀ ਬਣਾਈ ਸੀ ਇਹਨਾਂ ਨੇ ਪਹਿਲੀ ਉਹਨਾਂ ਦੀ ਪੋਰਟਰੇਟ, ਤਾਂ ਉਹ ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ ਨਾਲ ਲਿਖ ਕੇ ਬਣਾਈ ਸੀ, ਜੋ ਕਿ ਤਕਰੀਬਨ ਹਰ ਘਰ ਦੇ ਵਿੱਚ ਪਾਈ ਜਾਂਦੀ ਸੀ। ਉਸ ਤੋਂ ਬਾਅਦ ਅਗਰ ਗੱਲ ਕਰੀਏ ਆਮ ਜਨਰਲ ਅਤੇ ਸੋਹਣੀ ਮਹੀਂਵਾਲ ਦੀ, ਇਹਨਾਂ ਦੇ ਉਹ ਵੀ ਬਹੁਤ ਮਸ਼ਹੂਰ ਇਹਨਾਂ ਦੀ ਪੋਰਟਰੇਟ ਹੋਈ ਸੀਗੀ, ਬਹੁਤ ਮਹਿੰਗੀਆਂ ਪੋਰਟਰੇਟ ਵਿਕਦੀਆਂ ਸੀਗੀਆਂ। ਅਤੇ ਉਸ ਤੋਂ ਬਾਅਦ ਇਹ ਨੌਕਰੀ ਛੱਡ ਛਡਾ ਕੇ 1947 ਦੇ ਵਿੱਚ ਬੜਾ ਇਹਨਾਂ ਨੂੰ ਕਹਿੰਦੇ ਦੁੱਖ ਹੋਇਆ ਵੀ 300 ਪੇਂਟਿੰਗ ਜਿਹੜੀਆਂ ਇਹਨਾਂ ਦੀਆਂ ਸਾੜ ਦਿੱਤੀਆਂ ਜਦੋਂ 1947 ਦੇ ਦੰਗੇ ਹੋਏ ਨੇ। ਉਦੋਂ ਬਾਅਦ ਇਹ ਛੱਡ ਛਡਾ ਕੇ ਕਾਂਗੜਾ ਘਾਟੀ ਦੇ ਕੋਲੇ ਇੱਕ ਪਿੰਡ ਪੈਂਦਾ ਅੰਧਰੇਟਾ, ਛੋਟਾ ਜਿਹਾ, ਉੱਥੇ ਰਹੇ ਆ, ਤਾਂ ਤਕਰੀਬਨ ਸਾਰੀ ਜ਼ਿੰਦਗੀ ਉੱਥੇ ਹੀ ਰਹੇ ਆ। ਪਰ ਡੈਥ ਇਹਨਾਂ ਦੀ ਚੰਡੀਗੜ੍ਹ ਦੇ ਵਿੱਚ 21 ਅਗਸਤ 1986 ਨੂੰ, 86 ਦੇ ਵਿੱਚ ਚੰਡੀਗੜ੍ਹ ਵਿੱਚ ਸੀਗੇ ਜਦੋਂ ਇਹਨਾਂ ਦੀ ਡੈਥ ਹੋਈ 1986 ਦੇ ਵਿੱਚ। ਵੈਸੇ ਮੈਨੂੰ ਇਹਨਾਂ ਨੂੰ ਮਿਲਣ ਦਾ ਕਦੇ ਮੌਕਾ ਨਹੀਂ ਮਿਲਿਆ, ਪਰ ਮੈਂ ਚੰਡੀਗੜ੍ਹ ਦੀ ਅਗਰ ਗੱਲ ਕਰਾਂ ਤਾਂ ਮੈਂ ਚੰਡੀਗੜ੍ਹ ਵਿੱਚ ਵੀ 1981-82 ਦੇ ਵਿੱਚ ਮੈਂ ਚੰਡੀਗੜ੍ਹ ਆ ਗਿਆ ਸੀਗਾ, ਪਰ ਉਦੋਂ ਬਹੁਤ ਛੋਟੇ ਸੀਗੇ, ਇੰਨੀ ਸੋਝੀ ਨਹੀਂ ਹੁੰਦੀ ਸੀ। ਜੇ ਪਤਾ ਹੁੰਦਾ ਤਾਂ ਜਾ ਕੇ ਕਿਤੇ ਜਿੱਥੇ ਰਹਿੰਦੇ ਸੀ ਉੱਥੇ ਮਿਲ ਵੀ ਲੈਂਦੇ। ਅਤੇ 1983 ਦੇ ਵਿੱਚ ਇਹਨਾਂ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਸੋ ਇਹ ਗੱਲਾਂ ਬਾਤਾਂ ਸ਼ੋਭਾ ਸਿੰਘ ਜੀ ਦੀਆਂ ਮੈਂ ਤੁਹਾਡੇ ਨਾਲ ਕੀਤੀਆਂ। ਪਰ ਅਗਰ ਗੱਲ ਕਰੀਏ ਤਾਂ ਨਾਮ ਸ਼ੋਭਾ ਸਿੰਘ ਹੋਣਾ ਦਾ ਮਸ਼ਹੂਰ ਹੋਇਆ, ਨਾਮ ਸ਼ੋਭਾ ਸਿੰਘ ਹੋਣਾ ਦਾ ਜ਼ਿਆਦਾ ਮਸ਼ਹੂਰ ਹੋਇਆ, ਪਰ ਅਗਰ ਅਸੀਂ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਇਹਨਾਂ ਤੋਂ ਪਹਿਲਾਂ ਹੋਰ ਵੀ ਬਹੁਤ ਪੇਂਟਰ ਵਧੀਆ, ਬਹੁਤ ਵਧੀਆ ਤਸਵੀਰਾਂ ਬਣਾਉਣ ਵਾਲੇ, ਭਾਈ ਗਿਆਨ ਸਿੰਘ ਨਿਕਾਸ਼,
ਉਹਨਾਂ ਨੇ ਸਿੱਖ ਇਤਿਹਾਸ ਦੀਆਂ ਬਹੁਤ ਤਸਵੀਰਾਂ ਬਣਾਈਆਂ। ਐਸ ਜੀ ਠਾਕੁਰ, ਕਿਰਪਾਲ ਸਿੰਘ, ਮਾਸਟਰ ਹਰੀ ਸਿੰਘ, ਮਾਸਟਰ ਗੁਰਦਿੱਤ ਸਿੰਘ, ਜੀ ਐਸ ਸੋਹਣ ਸਿੰਘ, ਜਸਵੰਤ ਸਿੰਘ, ਇਹਨਾਂ ਸਾਰਿਆਂ ਨੇ ਬੜਾ ਕੰਮ ਕੀਤਾ ਸਿੱਖ ਇਤਿਹਾਸ ਦੇ ਵਿੱਚ। ਅਸੀਂ ਗੱਲ ਕਰੀਏ ਤਸਵੀਰਾਂ ਦੀ, ਪੇਂਟਿੰਗ ਦੀ ਗੱਲ ਕਰੀਏ ਤਾਂ ਤੁਸੀਂ, ਚਲੋ ਖੈਰ, ਸ਼ੋਭਾ ਸਿੰਘ ਦੀ ਗੱਲਬਾਤ ਜਿਹੜੀ ਉਹ ਤੁਹਾਡੇ ਨਾਲ ਕੀਤੀ ਹੈ। ਇਸ ਤੋਂ ਬਾਅਦ ਹੁਣ ਮੈਂ ਪੇਂਟਿੰਗ ਦੀ, ਜੇ ਕਿਸੇ ਨੂੰ ਸ਼ੌਕ ਹੋਵੇ, ਸਾਡੇ ਇੱਥੇ ਕੁੜੀ ਪੰਜਾਬਣ ਹੈਗੀ ਹੈ ਟਰੇਸੀ ਦੇ ਵਿੱਚ, ਰੂਪੀ ਸੀ ਟੁੱਟ, ਉਹਨਾਂ ਦੀਆਂ ਵੀ ਬੜੀਆਂ ਵਧੀਆ ਪੇਂਟਿੰਗਸ ਹੁੰਦੀਆਂ, ਉਹਨਾਂ ਨੇ ਵੀ ਗੁਰੂ ਨਾਨਕ ਦੇਵ ਦੀਆਂ ਬਹੁਤ ਸਾਰੀਆਂ ਪੇਂਟਿੰਗਸ ਬਣਾਈਆਂ ਨੇ। ਅਗਰ ਉਹ ਸੁਣਦੇ ਹੋਣ ਤਾਂ ਜ਼ਰੂਰ ਕਾਲ ਕਰਕੇ ਅੱਜ ਦੇ ਪ੍ਰੋਗਰਾਮ 'ਚ ਸ਼ਾਮਿਲ ਹੋਣ, ਕਿਉਂਕਿ ਅਸੀਂ ਫਿਰ ਉਹਨਾਂ ਦੀ ਗੱਲਬਾਤ ਵੀ ਜਿਹੜੀ ਜ਼ਰੂਰ ਕਰਾਂਗੇ। ਅਸੀਂ ਦਿਖਾਈਆਂ ਵੀ ਸੀ ਉਹਨਾਂ ਦੀਆਂ ਪੇਂਟਿੰਗ, ਅਤੇ ਦੂਜੀ ਗੱਲ, ਚਲੋ ਆਪਾਂ ਮੁੱਖ ਦੀ ਗੱਲ ਨਾਲ ਲੱਗਦੀ ਇਉਂ ਕਰਦੇ ਹਾਂ, ਜਿਵੇਂ ਅਸੀਂ ਸ਼ੋਭਾ ਸਿੰਘ ਦੇ ਹੱਥ ਦੀਆਂ ਬਣਾਈਆਂ ਹੋਈਆਂ ਬਹੁਤ ਸਾਰੀਆਂ ਤਸਵੀਰਾਂ ਘਰਾਂ ਦੇ ਵਿੱਚ ਲਾਉਂਦੇ, ਸ਼ਿੰਗਾਰ ਬਣਾਉਂਦੇ ਹਾਂ, ਉਸੇ ਤਰ੍ਹਾਂ ਸਾਨੂੰ ਕੋਈ ਨਾ ਕੋਈ ਬਜ਼ੁਰਗ ਜਿਹੜੇ ਸੀ ਪੁਰਾਣੇ, ਸਾਡੇ ਬਜ਼ੁਰਗਾਂ ਦੀ ਗੱਲ ਪਰਸੋਂ ਚੌਥ ਕੀਤੀ ਸੀ, ਤਾਂ ਮੈਨੂੰ ਉਦੋਂ ਬਾਅਦ ਔਫ ਦੀ ਏਅਰ ਬੜੇ ਫੋਨ ਆਏ, ਔਫ ਦੀ ਏਅਰ ਦੁੱਖੜੇ ਸੁਣਾਏ ਲੋਕਾਂ ਨੇ, ਪਰ ਚਲੋ ਇਹ ਵੀ ਦੁਨੀਆਦਾਰੀ ਐਂ ਚੱਲੀ ਜਾਣੀ ਹੈ। ਅਤੇ ਬਜ਼ੁਰਗਾਂ ਦੀ ਜੇ ਗੱਲ ਕਰੀਏ, ਬਜ਼ੁਰਗ ਕਹਿੰਦੇ ਇੱਕ ਅਨਪੜ੍ਹ ਹੁੰਦੇ ਹੋਏ ਵੀ ਚੱਲਦੀ ਫਿਰਦੀ ਸੰਸਥਾ ਹੁੰਦੀਆਂ ਨੇ, ਚੱਲਦੀ ਫਿਰਦੀ ਯੂਨੀਵਰਸਿਟੀ ਹੁੰਦੀ, ਗਿਆਨ ਦਾ ਭੰਡਾਰ ਜਿਹੜੇ ਬਜ਼ੁਰਗ ਹੁੰਦੇ ਨੇ, ਜੇ ਉਹਨਾਂ ਨੂੰ ਸਾਂਭੀਏ ਤਾਂ, ਜੇ ਨਾ ਸਾਂਭੀਏ ਨਾ ਸਮਝੀਏ ਤਾਂ ਕੁਛ ਵੀ ਨਹੀਂ ਹੈਗੇ। ਔਰ ਆਮ ਤੌਰ 'ਤੇ ਇਉਂ ਲੱਗਦਾ, ਪਹਿਲਾਂ ਜਦੋਂ ਬੱਚਾ 18 ਕੁ ਸਾਲ ਦਾ ਹੁੰਦਾ ਤਾਂ ਉਦੋਂ ਉਹਨੂੰ ਲੱਗਦਾ ਵੀ ਡੈਡੀ ਨੂੰ ਤਾਂ ਪਤਾ ਹੀ ਕੁਛ ਨਹੀਂ, ਜੋ ਕੁਛ ਮੈਨੂੰ ਪਤਾ ਤਾਂ ਮੈਂ ਉਹ ਕਰ ਸਕਦਾ, ਵੀ ਉਹਨੂੰ ਤਾਂ ਪਤਾ ਹੀ ਕੁਛ ਨਹੀਂ। ਉਦੋਂ ਬਾਅਦ ਜਦੋਂ 25-26 ਸਾਲ ਦਾ ਹੁੰਦਾ, ਵਿਆਹ ਹੋ ਜਾਂਦਾ, ਅਤੇ ਉਦੋਂ ਉਹਨੂੰ ਪਤਾ ਲੱਗਦਾ, ਉਦੋਂ ਵੀ ਇਹੀ ਹੁੰਦਾ ਵੀ ਨਹੀਂ, ਹੁਣ ਉਦੋਂ ਕੋਈ ਮੇਰੇ ਤੋਂ ਤਾਂ ਘਰਵਾਲੀ ਤੋਂ ਸਿਵਾ ਕੋਈ ਹੈ ਨਹੀਂ ਹੈ। ਉਦੋਂ ਬਾਅਦ ਜਦੋਂ 35-40 ਦਾ ਹੋ ਜਾਂਦਾ, ਅਤੇ ਉਦੋਂ ਇਹ ਥੋੜ੍ਹਾ ਉਹਨੂੰ ਲੱਗਣ ਲੱਗ ਪੈਂਦਾ ਵੀ ਨਹੀਂ, ਵੀ ਸ਼ਾਇਦ ਬਜ਼ੁਰਗ ਉਦੋਂ ਠੀਕ ਕਹਿੰਦੇ ਸੀਗੇ। ਅਤੇ ਜਦੋਂ ਫਿਰ 45-50 ਸਾਲ ਦਾ ਹੋ ਜਾਂਦਾ, ਤਾਂ ਫਿਰ ਸਹੀ ਸੋਝੀ ਆਉਂਦੀ ਆ ਵੀ ਵਾਕਿਆ ਹੀ ਜੋ ਕੁਛ ਸੀਗਾ ਉਦੋਂ ਉਹ ਸਾਡੀਆਂ ਗਲਤੀਆਂ ਸੀਗੀਆਂ, ਬਜ਼ੁਰਗ ਹਮੇਸ਼ਾ ਤਕਰੀਬਨ ਸਹੀ ਕਹਿੰਦੇ ਸੀ। ਸੋ ਬਜ਼ੁਰਗਾਂ ਦੀ ਜਿਵੇਂ ਗੱਲ ਕਰਾਂ, ਬਜ਼ੁਰਗਾਂ ਦੀ ਅੱਜ ਜ਼ਿਕਰ ਕਰਨਾ ਚਾਹਵਾਂ, ਤਾਂ ਮੈਂ ਇਹ ਕਰਨਾ ਚਾਹਾਂਗਾ, ਬਜ਼ੁਰਗਾਂ ਦਾ ਜ਼ਿਕਰ, ਆਪਣੇ ਦਾਦੇ ਪੜਦਾਦਿਆਂ ਦਾ ਜ਼ਿਕਰ ਕਰਨਾ ਚਾਹਾਂਗਾ, ਪੜਦਾਦਿਆਂ ਤੋਂ ਬਾਅਦ ਸਾਡੀਆਂ ਜਿਹੜੀਆਂ ਕਈ ਪੀੜ੍ਹੀਆਂ ਸੀ ਉਹਨਾਂ ਦਾ ਜ਼ਿਕਰ ਕਰਨਾ ਚਾਹਾਂਗਾ। ਇਹ ਅਸੀਂ ਪਹਿਲਾਂ ਕੀਤਾ ਸੀ ਪ੍ਰੋਗਰਾਮ ਇੱਕ ਵਾਰੀ, ਕੁਰਸੀਨਾਮਾ, ਸਰਦਾਰ ਅਰਜਨ ਸਿੰਘ ਅੰਜਾਨ ਸਾਹਿਬ ਨੇ ਦਿੱਤਾ ਸੀ ਇਹ ਵਿਸ਼ਾ, ਵੀ ਤੁਸੀਂ ਪਤਾ ਕਰੋ ਕਿ ਕਿੰਨੇ ਕੁ ਲੋਕਾਂ ਨੂੰ ਪਤਾ ਹੈਗਾ ਕਿ ਉਹਨਾਂ ਦੀਆਂ ਕਿੰਨੀਆਂ ਪੀੜ੍ਹੀਆਂ ਤੱਕ ਉਹ ਜਾਣਦੇ ਨੇ, ਮਤਲਬ ਬਾਪ ਦਾਦਾ ਪੜਦਾਦਾ ਤੋਂ ਉਦੋਂ ਅੱਗੇ 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 ਕਿੰਨੀਆਂ ਪੀੜ੍ਹੀਆਂ ਤੱਕ ਜਾਣਦੇ ਨੇ। ਪਿਛਲੀ ਵਾਰ ਜਦੋਂ ਅਸੀਂ ਪ੍ਰੋਗਰਾਮ ਕਾਫੀ ਦੇਰ ਪਹਿਲਾਂ ਕੀਤਾ ਸੀ, ਉਦੋਂ ਬਹੁਤ ਸਾਰੀਆਂ ਕਾਲਾਂ, ਬਹੁਤ ਸਾਰੀਆਂ ਰਹਿ ਗਈਆਂ ਸੀ, ਬਹੁਤ ਸਾਰੀਆਂ ਈਮੇਲਸ ਆਈਆਂ। ਈਮੇਲਸ ਦੇ ਵਿੱਚ ਉਹ ਲੋਕਾਂ ਨੇ ਦੱਸਿਆ ਵੀ 7 ਪੀੜ੍ਹੀਆਂ ਨੂੰ ਆਪਣੀਆਂ ਨੂੰ ਜਾਣਦੇ, ਨਾਮ ਜਾਣਦੇ 7 ਪੀੜ੍ਹੀਆਂ ਦਾ, ਕੋਈ 8 ਪੀੜ੍ਹੀਆਂ ਨਹੀਂ, ਮੈਕਸੀਮਮ 7 ਪੀੜ੍ਹੀਆਂ ਦਾ ਨਾਮ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ ਸੀ, ਸੁਣਨ ਨੂੰ ਮਿਲਿਆ ਸੀ। ਵੈਸੇ ਆਮ ਤੌਰ 'ਤੇ 3 ਕੁ ਪੀੜ੍ਹੀਆਂ 'ਤੇ ਜਾ ਕੇ ਗੱਲ ਜਿਹੜੀ ਹੈ ਉਹ ਮੁੱਕ ਜਾਂਦੀ ਹੈ, ਤੀਜੀ ਕੁ ਪੀੜ੍ਹੀ ਦਾਦੇ ਅਤੇ ਪੜਦਾਦੇ ਦਾ ਵੱਧ ਤੋਂ ਵੱਧ ਨਾਮ ਯਾਦ ਹੋਊਗਾ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕਾਂ ਨੂੰ, ਔਰ ਕਈਆਂ ਨੂੰ ਉਸ ਤੋਂ ਪਹਿਲਾਂ ਤੁਸੀਂ ਕਿਹਨੂੰ ਜਾਣਦੇ ਹੋ, ਕੁਰਸੀਨਾਮਾ ਇਹਨੂੰ ਕਹਿੰਦੇ ਆ। ਕੁਰਸੀਨਾਮਾ ਵੈਸੇ ਤਹਿਸੀਲ ਦੇ ਵਿੱਚ ਜਦੋਂ ਰਜਿਸਟਰੀ ਕਰਾਉਣ ਜਾਂਦੇ ਹਾਂ ਤਾਂ ਉਹਨਾਂ ਨੇ ਜਿਹੜੀ ਰਿਸ਼ਵਤ ਹੁੰਦੀ ਆ, ਰਿਸ਼ਵਤ ਲੈਂਦੇ ਨੇ 2%, ਉਹਦਾ ਨਾਂ ਕੁਰਸੀਨਾਮਾ ਰੱਖਿਆ ਹੋਇਆ ਜੀ। ਕੁਰਸੀਨਾਮਾ ਜਮ੍ਹਾਂ ਕਰਾ ਤਾ, ਪਹਿਲਾਂ ਪੁੱਛਦੇ ਉੱਥੇ ਤਹਿਸੀਲਦਾਰ ਦੇ ਮੂਹਰੇ, ਬੰਦਾ ਉੱਥੇ ਪੁੱਛਦਾ ਕੁਰਸੀਨਾਮਾ ਕਰਾ ਤਾ ਜੀ ਜਮ੍ਹਾਂ, ਅਤੇ ਉਹ ਕਹਿੰਦਾ ਜੀ ਹਾਂ ਕਰਾ ਤਾ ਜੀ ਕੁਰਸੀਨਾਮਾ, ਅਤੇ ਉਹ ਕੈਸ਼ ਦੇ ਵਿੱਚ ਜਮ੍ਹਾਂ ਹੋਣਾ ਹੁੰਦਾ ਨਾ। ਸੋ ਪਰ ਇਹ ਕੁਰਸੀਨਾਮਾ, ਇਹ ਕੁਰਸੀਨਾਮਾ ਉਸ ਕੁਰਸੀਨਾਮੇ ਤੋਂ ਬਿਲਕੁਲ ਵੱਖਰਾ। ਸੋ ਅੱਜ ਗੱਲ ਕਰਾਂਗੇ ਕੁਰਸੀਨਾਮੇ ਦੀ। ਕੁਰਸੀਨਾਮੇ ਦੇ ਵਿੱਚ ਸਾਡੀਆਂ ਪੀੜ੍ਹੀਆਂ, ਤੁਸੀਂ ਆਪਣੀਆਂ ਕਿੰਨੀਆਂ ਪੀੜ੍ਹੀਆਂ ਨੂੰ ਜਾਣਦੇ ਹੋ, ਕਿੰਨੇ ਦਾਦਾ ਦਾਦੀ ਜਾਂ ਉਸ ਤੋਂ ਅੱਗੇ ਉੱਪਰ ਬਜ਼ੁਰਗਾਂ ਨੂੰ ਕਿੰਨਾ ਦੇ ਨਾਮ ਜਾਣਦੇ ਹੋ, ਇਹ ਜ਼ਰੂਰ ਇੱਕ ਵੱਖਰੀ ਤਰ੍ਹਾਂ ਦਾ ਪ੍ਰੋਗਰਾਮ ਹੈਗਾ, ਕਿਉਂਕਿ ਇਹਨੂੰ ਗੂਗਲ 'ਤੇ ਨਹੀਂ ਸਰਚ ਮਾਰ ਸਕਦੇ, ਇਹ ਗੂਗਲ 'ਤੇ ਨਹੀਂ ਪਤਾ ਲੱਗਣਾ ਵੀ ਹਾਂ ਇਹ ਫਲਾਨੇ ਸਾਨੂੰ ਜਾ ਹੋਇਆ ਇਸਦਾ, ਇਹ ਤੁਹਾਨੂੰ ਹੀ ਪਤਾ ਹੋਊਗਾ ਤਾਂ ਹੋਊਗਾ, ਜਾਂ ਤੁਸੀਂ ਆਪਣੇ ਬਜ਼ੁਰਗ ਜਿਹੜੇ ਹੈਗੇ ਉਹਨੂੰ ਪੁੱਛ ਸਕਦੇ ਹਾਂ, ਉਹ ਤੁਹਾਨੂੰ ਟਿਪ ਦੇ ਸਕਦੇ ਨੇ, ਅਦਰਵਾਈਜ਼ ਗੂਗਲ ਨੇ ਇਹਦੇ 'ਚ ਕੁਛ ਨਹੀਂ ਕਰਨਾ। ਸੋ ਇਹ ਕੁਰਸੀ ਨਾਮੇ ਦੀ ਅੱਜ ਗੱਲਬਾਤ ਕਰਾਂਗੇ, ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਕੁਰਸੀਨਾਮਾ ਕੀ ਆ? ਉਹ ਮੁੰਡਾ ਪਹਿਲੇ ਦਿਨ ਮੁੜ ਆਇਆ ਤੇ ਉਹਨੇ ਕੁੜੀ ਨਾ ਤੋਰੀ, ਫਿਰ ਦੂਜੇ ਨਾਂ ਤੋਂ ਨਹੀਂ ਦੱਸਿਆ, ਮੈਨੂੰ ਦੱਸੀ ਸਾਡਾ ਕੁਰਸੀਨਾਮਾ ਜੁੱਤੀ ਆ। ਜੁੱਤੀ ਉਹ ਦੂਜੇ ਦਿਨ ਜਾ ਗਿਆ ਕੁੜੀ ਨੂੰ ਲੈਣ। ਹਾਂ ਜੁੱਤੀ, ਕੁੜੀ ਨੂੰ ਲੈਣ ਗਿਆ ਤਾਂ ਉਹ ਕਹਿੰਦੇ ਭਾਈ ਸਾਡਾ ਕੁਰਸੀਨਾਮਾ ਜੁੱਤੀ ਆ। ਉਹ ਕਹਿੰਦੇ ਕਿੱਦਾਂ? ਕਹਿੰਦਾ ਮੇਰਾ ਬਾਪੂ ਭੇਡਾ ਚਾਰਦਾ ਚਾਰਦਾ ਜੁੱਤੀ ਨਾਲੇ ਬਾਦਸ਼ਾਹ ਬਣ ਗਿਆ, ਇਸ ਕਰਕੇ ਸਾਡਾ ਕੁਰਸੀਨਾਮਾ ਜੁੱਤੀ ਆ। ਤੇ ਵੈਸੇ ਤੁਸੀਂ ਫੋਟੋ ਵਗੈਰਾ ਤੁਹਾਡੇ ਕੋਲ ਦਾਦਾ ਜੀ ਤੱਕ ਦੀ ਤਾਂ ਹੋਏਗੀ ਫੋਟੋ? ਹਾਂ ਜੀ ਹੈਗੀਆਂ, ਜਿੱਦਾਂ ਨਾਨੇ ਨਾਨੀਆਂ ਵੀ ਹੈਗੀਆਂ, ਦਾਦੇ ਦਾਦੀਆਂ ਹੈਗੀਆਂ ਜੀ।
ਤੁਸੀਂ ਇਹ ਤਾਂ ਚਲੋ ਪੀੜੀਆਂ ਆਪਣੀਆਂ ਤਾਂ ਛੱਡੋ, ਜਿਹੜੀਆਂ ਬਾਬੇ ਨਾਨਕ ਦਾ ਕਿੰਨਾ ਔਲਾ ਪਿਆ, ਲਾਂਘਾ ਖੁੱਲ ਗਿਆ ਹੋਵੇ, 500 ਮਨਾ ਲਿਆ, 700 ਮਨਾ ਲਿਆ ਹੋਵੇ, 500 ਮਰਦਾਨਾ ਜੀ ਦਾ ਸੀਗਾ ਗਵਨ ਕਰਨ ਪਰਲੋਕ ਨੂੰ, ਕਿਸੇ ਰੇਡੂਏ ਨੇ, ਕਿਸੇ ਟੀਵੀ ਨੇ, ਕਿਸੇ ਨੇ ਨਾਂ ਨੀ ਲਿਆ ਵੀ ਮਰਦਾਨਾ ਜੀ ਦਾ ਅੱਜ ਬਈ ਆ ਫਲਾਨਾ ਦਿਨ ਆ, ਉੱਥੇ ਅਸੀਂ ਖੜੇ ਆ ਬਈ ਜਿੱਥੇ ਅੱਜ ਤੋਂ 1000 ਸਾਲ ਪਹਿਲਾਂ ਸੀਗੇ, ਇੱਕ ਦੀ ਜੈ ਜੈਕਾਰ ਕਰੀ ਜਾਣੇ, ਸਾਰੀ ਉਮਰ ਮਰਦਾਨਾ ਬਾਬਾ ਜੀ ਨਾਲ ਰਵਾਬ ਵਜਾਉਂਦਾ ਰਿਹਾ, ਕਿਸੇ ਸ਼੍ਰੋਮਣੀ ਕਮੇਟੀ ਨੇ, ਕਿਸੇ ਰੇਡੂਏ ਨੇ, ਕਿਸੇ ਟੀਵੀ ਨੇ, ਸਾਡੇ ਕੋਈ ਵੀ ਦਰਸ਼ਕ ਜਿਹੜੇ ਹੈਗੇ ਲੱਖਾਂ ਪੰਜਾਬੀ ਦੇਖਦੇ ਨੇ, ਉਹਨਾਂ ਨੂੰ ਕੋਈ ਲੱਗਦਾ ਵੀ ਅੱਜ ਇਹ ਚੀਜ਼ ਹੋਈ ਸੀ ਜਾਂ ਹੋ ਰਹੀ ਹੈ ਤਾਂ ਉਹ ਸ਼ਾਮ ਲੱਖ ਪ੍ਰੋਗਰਾਮ ਲਾਈਵ ਹੁੰਦਾ, ਲਾਈਵ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰ ਸਕਦੇ ਆਪਣੀ। ਨਹੀਂ ਮੈਂ ਤਾਂ ਊ ਗੱਲ ਕਰਦਾ ਵੀ ਜੇ ਉੱਥੇ ਸਾਡੀ ਸੋਚ ਖੜੀ ਆ ਵੀ ਉਹਨੂੰ ਕੋਈ ਜ਼ਿਆਦਾ ਨਹੀਂ ਕਰਦਾ, ਦੱਸੋ ਸ਼੍ਰੋਮਣੀ ਕਮੇਟੀ ਦਾ ਫਰਜ਼ ਬਣਦਾ ਵੀ ਸਾਰੇ ਭਗਤਾਂ ਦੀ, ਸਾਰੇ ਗੁਰੂਆਂ ਦੀ, ਉੱਥੇ ਕੀ ਅਰਦਾਸ ਹੀ ਕਰਨੀ, ਉੱਥੇ ਹੋਰ ਤਾਂ ਵਿਸ਼ੇਸ਼ ਤੱਕ ਉਹ ਕਰਨਾ ਹੀ ਨਹੀਂ। ਇਹ ਤਾਂ ਇੱਕ ਬਣ ਜਾਂਦੀ ਜੀ ਇੱਕ ਅਸਲ ਦੇ ਵਿੱਚ ਕੋਈ ਵੀ ਇਹਨਾਂ ਜਿਹੜਾ ਲੀਡ ਦੇ ਹੈਗਾ ਉਹਨਾਂ ਨੂੰ ਯਾਦ ਕੀਤਾ ਜਾਂਦਾ। ਹੁਣ ਕਰਤਾਰ ਸਿੰਘ ਸਰਾਭੇ ਦੇ ਨਾਲ 6 ਨੂੰ ਹੋਰ ਫਾਂਸੀ ਹੋਈ ਸੀ, ਕਿਸੇ ਨੂੰ ਨਹੀਂ ਪਤਾ। ਹਾਂ ਬਿਲਕੁਲ, ਉਹ ਭਾਈ ਜਿਹੜਾ ਲੀਡਰ ਲੀਡ ਕਰਦਾ ਬੰਦਾ ਅਸਲ ਦੇ ਵਿੱਚ ਉਹ ਜਿਹੜਾ ਬੰਦਾ ਮੋਹਰੇ ਆ ਉਹਨਾਂ ਦਾ ਹੀ ਫਿਰ ਜ਼ਿਆਦਾ ਯਾਦ ਕੀਤਾ ਜਾਂਦਾ, ਚਾਹੇ ਗੁਰੂ ਸਾਹਿਬ ਦੀ ਗੱਲ ਕਰਦੇ ਹਾਂ ਚਾਹੇ ਅਸੀਂ ਸਾਡੇ ਦੇਸ਼ ਦੇ ਸ਼ਹੀਦਾਂ ਦੀ ਗੱਲ ਕਰਦੇ। ਚਲੋ ਮਿਹਰਬਾਨੀ ਜੀ ਕਾਲ ਕਰਨ ਵਾਸਤੇ ਤੁਹਾਡਾ ਧੰਨਵਾਦ, ਧੰਨਵਾਦ, ਬਹੁਤ ਮਿਹਰਬਾਨੀ। ਹੈਲੋ ਜੀ, ਸਤਿ ਸ਼੍ਰੀ ਅਕਾਲ, ਟੀਵੀ ਦੀ ਆਵਾਜ਼ ਘੱਟ ਕਰਕੇ ਗੱਲ ਕਰੋ ਜੀ। ਓਕੇ ਜੀ, ਓਕੇ, ਮੈਂ ਘੱਟ ਕਰ ਦਿੰਦਾ। ਹਾਂਜੀ ਸਰ ਜੀ, ਕੌਣ ਬੋਲਦੇ ਜੀ? ਮੈਂ ਕੱਲ ਲਿਵਿੰਗਸਟਨ ਬੋਲਦਾ ਜੀ। ਮੈਂ ਕਿਹਾ ਜਿਹੜਾ ਲਿਆਂਦਾ ਆਪਣਾ ਮੁੱਦਾ ਬਹੁਤ ਸੋਹਣਾ ਲਿਆਂਦਾ। ਹਾਂਜੀ ਹਾਂਜੀ, ਮੈਂ ਕਿਹਾ ਯਾਦ ਕਰੀਏ ਜੀ ਬਜ਼ੁਰਗਾਂ ਨੂੰ, ਇਸੇ ਬਹਾਨੇ ਉਦਾਂ ਉਦਾਂ ਤੱਕ। ਬਿਲਕੁਲ ਜੀ ਬਿਲਕੁਲ, ਆ ਜਿਹੜਾ ਹੁਣ ਤੁਸੀਂ ਇੱਕ ਚੀਨਾ ਜੇਲਰ ਆ, ਇਹ ਜ਼ਿਮੀਦਾਰ ਆ ਕਿ ਆਪਣੇ ਹੋਰ ਕਿਸੇ? ਨਹੀਂ ਨਹੀਂ ਨਹੀਂ, ਆਪਣੇ ਪੰਜਾਬੀ ਪੰਜਾਬੀ ਇੰਦਰਜੀਤ ਸਿੰਘ ਆ ਨਾਂ ਦਾ। ਇਹ ਜੱਟ ਆ? ਨਹੀਂ ਇਹ ਨਹੀਂ ਪਤਾ, ਪਰ ਪੰਜਾਬੀ ਜੇ ਫਾਦਰ ਸਾਹਿਬ ਉਹਨਾਂ ਦੇ ਨਾਲ ਖੜੇ ਸੀ, ਬਿਲਕੁਲ ਸਰਦਾਰ ਪੂਰੇ ਸਾਹਿਬ। ਮੈਂ ਉਹੀ ਦੇਖਦਾ ਤੇ ਇੰਨਾ ਦਿਮਾਗ ਹੈ ਜਿਹੜਾ ਲਾਲਿਆਂ ਦਾ ਹੁੰਦਾ ਆਪਣੇ ਕੋਲ। ਹਾਂ ਪਰ ਨਹੀਂ, ਇਹ ਵੀ ਬਹੁਤ ਬਿਜ਼ਨਸਮੈਨ ਆ ਜੀ, ਬਹੁਤ ਵੱਡਾ ਬਿਜ਼ਨਸਮੈਨ, ਬਿਜ਼ਨਸ ਆ। ਮੈਂ ਕਿਹਾ ਬਹੁਤ ਸਕੀਮ ਨਾਲ ਚਲਾਇਆ। ਦੇਖੋ ਜੀ, ਇਹਨਾਂ ਨੇ ਸ਼ੋਅ ਵੀ ਕਰਾਏ ਤੇ ਉਹ ਕਹਿੰਦਾ ਵੀ ਮੈਂ ਕਦੇ ਘੱਟ ਨਹੀਂ ਖਾਦਾ, ਮੈਂ ਪੂਰਾ ਕੈਲਕੂਲੇਟ ਕਰਕੇ ਤੇ ਫੇ ਕਰਦਾ। ਨਹੀਂ ਨਹੀਂ, ਬਹੁਤ ਦਿਮਾਗ ਨਾਲ ਕੰਮ ਕਰਦਾ ਹੈ ਤੇ ਜਿਹੜਾ ਇੰਨਾ450,000 ਤੇ ਇਹੀ ਹੋ ਗਿਆ, ਬਾਕੀ ਬਹੁਤ ਸੀ ਸੱਚੀ ਉੱਥੇ, ਬੜਾ ਰਾਸ਼ ਸੀ ਬੜਾ। ਚਲੋ ਹਾਂਜੀ, ਆਪਾਂ ਵਿਸ਼ੇ ਲਾਈਏ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਜ਼ੁਰਗਾਂ ਦੇ ਨਾਮ? ਜਿਹੜਾ ਆਪਣੇ ਸੁਭਾ ਸੋਹਣੀਆਂ ਬਣਾਈਆਂ ਫੋਟੋਆਂ ਜੀ, ਉਹ ਆਪਣੀ ਕਲਪਨਾ ਦੇ ਹਿਸਾਬ ਸੀਗੀਆਂ, ਕਲਪਨਾ। ਬਾਕੀ ਜਿੱਦਾਂ ਹੁਣ ਗੁਰੂ ਨਾਨਕ ਦਾ ਜਿਹੜਾ ਸੀਗਾ ਨਾ ਮਿਸ਼ਨ, ਉਹਦੇ ਹਿਸਾਬ ਨਾਲ ਬਹੁਤ ਠੰਡਾ ਸੀ ਇਹ ਗੁਰੂ ਨਾਨਕ ਸਾਹਿਬ। ਬਾਕੀ ਜਿਹੜੇ ਇੱਕ ਯੋਧੇ ਹੋਏ ਆਪਣੇ 6ਵੇਂ ਪਾਤਸ਼ਾਹ ਨੇ ਲੜਾਈਆਂ ਲੜੀਆਂ, ਉਹਨਾਂ ਦੀ ਫੋਟੋ ਦੇਖ ਲੈ ਤੇ ਹੋਰ ਟਾਈਪ ਦੀ, ਉਹਨਾਂ ਦੀ ਹੋਰ ਹੈ, ਗੁਰੂ ਗੋਬਿੰਦ ਸਿੰਘ ਜੀ ਦੀ ਵੀ ਇਦਾਂ ਗੋਰੀ ਜੋਸ਼ ਵਾਲੇ ਹੋਰ ਟਾਈਪ ਦੀ ਹੋਊਗੀ, ਬਾਕੀ ਹੋਰ ਗੁਰਾਂ ਦੀ ਵੱਖਰੀ ਵੱਖਰੀ ਆ। ਇਹ ਬੜੇ ਕਲਪਨਾ ਦੇ ਹਿਸਾਬ ਨਾਲ ਬਣਾਈਆਂ ਉਹਨੀ ਫੋਟੋਆਂ, ਬਹੁਤ ਸੋਹਣੀਆਂ ਬਣਾਈਆਂ ਜੀ। ਅੱਛਾ, ਕੁਰਸੀ ਨਾਮੇ ਦੀ ਗੱਲ ਕਰਦੇ ਸੀਗੇ ਜੀ, ਹੈ ਜਾਣਕਾਰੀ? ਤੇ ਇਦਾਂ ਸੀ, ਮੈਂ ਇੱਕ ਤੁਹਾਨੂੰ ਦੱਸਦਾ ਇਹਦੇ ਵਿੱਚ, ਮੇਰਾ ਇੱਕ ਭਤੀਜਾ ਆ, ਉਹਨੇ ਟ੍ਰੀ ਬਣਾਇਆ। ਕੀ ਬਣਾਇਆ ਜੀ? ਟ੍ਰੀ, ਦਰਖਤ ਬਣਾਇਆ। ਹਾਂ, ਜਿੱਦਾਂ ਨਾ ਆਪਣੇ ਜੜਾਂ ਤੋਂ ਲੈ ਕੇ ਜਿੱਦਾਂ ਸ਼ਾਖਾਂ ਫੁੱਟੀਆਂ ਉਹਦੀਆਂ ਜੀ, ਗਾਹਾਂ ਟਾਹਣੀਆਂ ਫੁੱਟੀਆਂ, ਗਾਹਾਂ ਤੇ ਕਿੱਥੇ ਤੇ ਉਹ ਮਤਲਬ ਮਿਹਨਤਾਂ ਪੜਦਾਦੇ ਤੇ ਚੰਗਾ ਆ ਆਪਣੇ, ਉਹਨਾਂ ਦੇ ਲੱਕੜ ਦਾਦੇ ਤੇ ਵੀ ਗਾਹਾਂ ਉਹਨਾਂ ਨੂੰ ਪਤਾ ਲੱਗਾ ਆ, ਗਾਹਾਂ ਤੋਂ ਕੱਢਿਆ ਉਹਨੀ ਖੋਜ। ਵਾਹ ਜੀ ਵਾਹ ਜੀ, ਬਾਕੀ 6ਵੀਂ 7ਵੀਂ ਪੀੜ੍ਹੀ ਆਈ ਜਾਂਦੀ ਲੱਕੜ ਦਾਦੇ ਤੇ। ਹਾਂਜੀ ਹਾਂਜੀ, ਨਹੀਂ ਤਾਂ ਕਿਹੜੇ ਕਿਹੜੇ ਹੁੰਦੇ ਆ, ਇੱਕ ਤਾਂ ਤੁਸੀਂ ਦੱਸੋ ਤੁਸੀਂ ਕਿੱਥੋਂ ਤੱਕ ਜਾਣਦੇ ਹੋ, ਇੱਕ ਤਾਂ ਦਾਦਾ ਜੀ ਹੋ ਗਏ, ਪੜਦਾਦਾ ਜੀ ਹੋ ਗਏ, ਅੱਗੇ ਉੱਪਰ ਕੀ ਹੁੰਦੇ? ਮੈਂ ਆਪਣੇ ਪੜਦਾਦਾ ਜੀ ਤੇ ਜਾਣਦਾ, ਉਹਨੇ ਗਾਹਾਂ ਕੱਢਿਆ, ਹੋਰ ਗਾਹਾਂ ਖੋਜ ਕਰਕੇ ਆਪਣੇ ਪਿੱਛੋਂ ਲੈ ਕੇ ਪਿੰਡ ਦੇ ਵਿੱਚੋਂ ਖਾਰਾ ਲੈ ਕੇ। ਅੱਛਾ ਜੀ, ਹਾਂ ਏਦਾਂ ਮੁੰਡਾ ਪੜਿਆ ਲਿਖਿਆ ਚੰਗਾ ਸਿਆਣਾ ਆ। ਵਾਹ ਜੀ ਵਾਹ, ਚੰਗੀ ਗੱਲ ਹੈ ਜੀ, ਚੰਗੀ ਗੱਲ ਹੈ, ਇਹ ਪਤਾ ਹੋਣਾ ਚਾਹੀਦਾ ਸਾਡੇ ਬੱਚਿਆਂ ਨੂੰ। ਘੱਟੋ ਘੱਟ ਆਹ ਪ੍ਰੋਗਰਾਮ ਦੇਖ ਕੇ ਜਿਹੜੇ ਬੱਚੇ ਅੱਜ ਨੇ ਉਹੀ ਆਪਦੇ ਦਾਦਾ ਦਾਦੀ ਨੂੰ ਨਾਨਾ ਨਾਨੀ ਨੂੰ ਗਾਂਹ ਦੀ ਗਾਂ ਪੁੱਛ ਸਕਦੇ ਤੁਹਾਡੇ ਕੌਣ ਸੀਗੇ।
ਬਿਲਕੁਲ ਬਿਲਕੁਲ ਜੀ, ਇਹ ਤਾਂ ਹੈਗਾ ਆ ਤੇ ਹੁਣ ਇਹ ਚੱਲਿਆ ਜਿੱਥੋਂ ਹੈਗਾ ਇੰਨਾ ਕੁ ਤਾਂ ਨਿਕਲਦਾ, ਮੈਨੂੰ ਵੀ ਪੜਦਾ ਦੇ ਤੇ ਪਤਾ ਆ। ਹਾਂਜੀ 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 ਏਦਾਂ ਆ। ਚਲੋ ਚੰਗਾ ਜੀ, ਸਤਿ ਸ਼੍ਰੀ ਅਕਾਲ, ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਚਲੋ ਜੀ, ਗੱਲਬਾਤ ਜਿਹੜੀ ਕਰਦੇ ਹੁੰਦੇ ਇਹੀ ਕਰਨ ਦੀ ਕੋਸ਼ਿਸ਼ ਕਰੀ ਦੀ ਆ ਕਿ ਇਹਦੇ ਨਾਲ ਕੁਛ ਨਾ ਕੁਛ, ਚਲੋ ਸਾਡੀਆਂ ਹੋਰ ਕੁਛ ਨਹੀਂ ਤਾਂ ਪੁਰਾਣੀਆਂ ਯਾਦਾਂ ਹੀ ਤਾਜ਼ਾ ਆਉਂਦੀਆਂ, ਹੋਰ ਕੁਛ ਨਹੀਂ ਤਾਂ ਅਸੀਂ ਆਪਣੇ ਦਿਮਾਗ 'ਤੇ ਜ਼ੋਰ ਪਾ ਕੇ ਜਾਂ ਰਿਸ਼ਤੇਦਾਰ ਨੂੰ ਕਿਸੇ ਨੂੰ ਪੁੱਛ ਪੁਛਾ ਕੇ ਜਾਂ ਘਰਦਿਆਂ ਨੂੰ ਪੁੱਛ ਪੁਛਾ ਕੇ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਵੀ ਸਾਡੇ ਕੌਣ ਕੌਣ ਸੀਗੇ। ਸੋ ਚੰਗਾ ਲੱਗਦਾ ਜਦੋਂ ਫਿਰ ਬਾਅਦ ਦੇ ਵਿੱਚ ਸਾਨੂੰ ਬਹੁਤ ਸਾਰੇ ਦੋਸਤ ਮਿੱਤਰ ਭੈਣ ਭਰਾ ਇਹ ਕਹਿੰਦੇ ਨੇ ਕਿ ਉਦੋਂ ਬਾਅਦ ਸਾਨੂੰ ਆਹ ਚੀਜ਼ ਪਤਾ ਲੱਗੀ, ਉਹ ਚੀਜ਼ ਤੁਹਾਡੇ ਇਸ ਪ੍ਰੋਗਰਾਮ ਤੋਂ ਬਾਅਦ ਅਸੀਂ ਪੁੱਛਣ ਦੀ ਕੋਸ਼ਿਸ਼ ਕੀਤੀ, ਪ੍ਰੋਗਰਾਮ ਦੇਖਣ ਤੋਂ ਬਾਅਦ ਅਸੀਂ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸਾਡੇ ਕੌਣ ਸੀਗੇ। ਪਿਛਲੀ ਵਾਰ ਜਦੋਂ ਪ੍ਰੋਗਰਾਮ ਕੀਤਾ ਸੀ ਤਾਂ ਇੰਡੀਆ ਫੋਨ ਕਰਕੇ ਬਹੁਤ ਸਾਰੇ ਦੋਸਤਾਂ ਮਿੱਤਰਾਂ ਨੇ ਇੰਡੀਆ ਫੋਨ ਕਰਕੇ ਫਿਰ ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਫਾਦਰ ਸਾਹਿਬ ਨੂੰ ਜਾਂ ਦਾਦਾ ਜੀ ਨੂੰ ਪੁੱਛਿਆ ਸੀਗਾ ਜੀ ਸਾਨੂੰ ਦੱਸੋ ਤੁਹਾਨੂੰ ਜਿੱਥੋਂ ਕੁ ਤੱਕ ਪਤਾ। ਅਤੇ ਇਹ ਬੜੀ ਚੰਗੀ ਗੱਲ ਮੈਨੂੰ ਲੱਗੀ ਸਾਡੇ ਦਰਸ਼ਕ ਜਿਹੜੇ ਜਦੋਂ ਇੱਦਾਂ ਕਰਦੇ ਹੈਗੇ ਨੇ। ਚਲੋ ਪ੍ਰੋਗਰਾਮ ਦਾ ਜਿਹੜਾ ਅਗਲਾ ਭਾਗ ਹੈ, ਅਗਲੀਆਂ ਕਾਲਾਂ ਜਿਹੜੀਆਂ ਤੁਹਾਡੀਆਂ ਲੈਣੀਆਂ ਉਹ ਬ੍ਰੇਕ ਤੋਂ ਬਾਅਦ ਲਵਾਂਗੇ। ਫਿਲਹਾਲ ਬ੍ਰੇਕ ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਇੱਕ ਵਾਰ ਫਿਰ ਤੇ ਗੱਲਬਾਤ ਚੱਲ ਰਹੀ ਆ ਬਜ਼ੁਰਗਾਂ ਦੇ ਬਜ਼ੁਰਗਾਂ ਦੇ ਬਜ਼ੁਰਗਾਂ ਦੇ ਬਜ਼ੁਰਗਾਂ ਦੀ। ਸੋ ਬਹੁਤ ਸਾਰੇ ਸਾਡੇ ਜਿਹੜੇ ਦਰਸ਼ਕ ਹੈਗੇ ਨੇ ਉਹ ਫਿਰ ਵਧੀਆ ਲੱਗਦਾ ਜਦੋਂ ਗੱਲ ਕਰਦੇ ਨੇ ਬਜ਼ੁਰਗਾਂ ਦੀ ਗੱਲ ਕਰਦੇ ਨੇ। ਬਜ਼ੁਰਗਾਂ ਦੀ ਵੈਸੇ ਗੱਲ ਕਰੀਏ ਤਾਂ ਬਜ਼ੁਰਗ ਸਾਡੇ ਜਿਹੜੇ ਬਜ਼ੁਰਗ ਕਹਿ ਦਿੰਦੇ ਆ, ਪਰ ਅੱਜ ਕੱਲ੍ਹ ਬਜ਼ੁਰਗਾਂ ਦੇ ਕੀ ਹਾਲਾਤ ਨੇ ਕੀ ਨਹੀਂ ਨੇ, ਚਾਹੇ ਇੱਧਰਲਾ ਮੁਲਕ ਹੈ ਚਾਹੇ ਉੱਧਰਲਾ ਮੁਲਕ ਹੈ, ਬੜਾ ਕੁਛ ਦੇਖਣ ਸੁਣਨ ਨੂੰ ਮਿਲਦਾ ਬਹੁਤ ਸਾਰੇ ਘਰਾਂ ਦੇ ਵਿੱਚ। ਪਰ ਪਹਿਲੇ ਸਮਿਆਂ ਦੀ ਗੱਲ ਕਰੀਏ ਤਾਂ ਬਜ਼ੁਰਗ ਕਹਿੰਦੇ ਘਰ ਦਾ ਜਿੰਦਾ ਹੁੰਦੇ ਸੀਗੇ। ਬਜ਼ੁਰਗ ਬੈਠਾ ਬੇਸ਼ੱਕ ਉਹਦੇ ਕੋਲ ਮੰਜੇ ਤੋਂ ਉੱਠ ਹੋਵੇ ਨਾ ਹੋਵੇ, ਪਰ ਉਹ ਘਰੇ ਹੈਗੇ ਨੇ ਤਾਂ ਉਹਦਾ ਬਹੁਤ ਵੱਡਾ ਆਸਰਾ ਹੁੰਦਾ ਸੀਗਾ। ਅਤੇ ਅੱਜ ਕੱਲ੍ਹ ਉਹ ਚੀਜ਼ ਜਿਹੜੀ ਹੈ ਸਾਡੇ 'ਚ ਨਹੀਂ ਹੈਗੀ, ਅਸੀਂ ਨਹੀਂ ਸਮਝਦੇ ਆਸਰਾ ਕੋਈ ਬਜ਼ੁਰਗਾਂ ਨੂੰ ਇਸ ਤਰ੍ਹਾਂ ਦਾ, ਬਜ਼ੁਰਗਾਂ ਦਾ ਉਨਾ ਧਿਆਨ ਨਹੀਂ ਰੱਖਦੇ। ਪਰ ਉਹ ਪਿੰਡਾਂ ਦੇ ਪੁਰਾਣੇ ਪੰਜਾਬ ਦੇ ਵਿੱਚ, ਪਹਿਲੇ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਲੈ ਚੱਲਦਾ, ਪਹਿਲਾਂ ਪੰਜਾਬ ਜਿਹੜਾ ਹੁੰਦਾ ਸੀ ਬੜਾ ਵਧੀਆ ਹੁੰਦਾ ਸੀ। ਅੱਜ ਤੋਂ ਅਸੀਂ 25-30 ਸਾਲ ਪਹਿਲਾਂ ਦੀ ਵੀ ਜੋ ਗੱਲ ਕਰਦੇ ਹਾਂ, ਜਦੋਂ ਛੱਤਾਂ 'ਤੇ ਸੌਂਦੇ ਹੁੰਦੇ ਸੀ ਆਰਾਮ ਨਾਲ, ਰਾਤ ਨੂੰ ਮੀਂਹ ਇੱਕਦਮ ਆ ਜਾਣਾ, ਮੁੜ ਕੇ ਮੰਜੇ ਲਾ ਕੇ ਥੱਲੇ ਸੁੱਟਣੇ ਫਟਾਫਟ। ਅੱਜ ਕੱਲ੍ਹ ਉਹ ਚੀਜ਼ ਮੇਰਾ ਖਿਆਲ ਨਹੀਂ ਕਿ ਪਿੰਡਾਂ ਦੇ ਵਿੱਚ ਹੋਏਗੀ, ਕਿ ਕੋਠਿਆਂ 'ਤੇ ਛੱਤਾਂ 'ਤੇ ਸੌਣ ਵਾਲਾ ਰਿਵਾਜ ਅੱਜ ਕੱਲ੍ਹ ਹੋਏਗਾ। ਕੀ ਵਿਚਾਰ ਨੇ ਤੁਹਾਡੇ ਇਹਦੇ ਬਾਰੇ, ਕਾਲ ਕਰਕੇ ਗੱਲਬਾਤ ਕਰ ਸਕਦੇ ਹੋ? ਕੀ ਬਜ਼ੁਰਗਾਂ ਨੂੰ ਯਾਦ ਕਰਨਾ ਚਾਹੁੰਦੇ ਹੋ? ਕਿੰਨੀਆਂ ਪੀੜ੍ਹੀਆਂ ਤੱਕ ਤੁਸੀਂ ਆਪਣੇ ਬਜ਼ੁਰਗਾਂ ਦੇ ਨਾਮ ਜਾਣਦੇ ਹੋ, ਜਾਂ ਕਿਸੇ ਦੀ ਫੋਟੋ ਦੇਖੀ ਹੋਈ ਹੈ? ਜ਼ਰੂਰ ਕਾਲ ਕਰਕੇ ਗੱਲਬਾਤ ਕਰ ਸਕਦੇ। ਹੈਲੋ ਹੈਲੋ ਜੱਗੀ ਸਾਹਿਬ। ਹਾਂਜੀ ਹਾਂਜੀ, ਪੈਰੀ ਪਿੰਡਾਂ ਜੀ, ਬਸ ਜੀ ਠੀਕ ਠਾਕ ਹੋ? ਆਪਣੇ ਬਜ਼ੁਰਗਾਂ ਦੇ ਗਾਂ ਦੀਆਂ ਮੈਂ ਤੁਹਾਨੂੰ ਦੱਸਦੀ ਆ। ਮੇਰੇ ਪੇਕੇ ਪਰਿਵਾਰ ਦਾ, ਪੇਕੇ ਪਰਿਵਾਰ ਦਾ, ਹਾਂਜੀ ਮੈਂ ਤੁਹਾਨੂੰ ਦੱਸਦੀ ਆ। ਮੇਰਾ ਬਾਪੂ ਜੀ ਸਰਦਾਰ ਬਚਨ ਸਿੰਘ, ਸਰਦਾਰ ਬਚਨ ਸਿੰਘ ਜੀ, ਹਾਂਜੀ। ਦਾਦਾ ਜੀ, ਹਾਂਜੀ, ਜੈਦ ਗੋਤ ਜੈਦ ਸਿੱਧੂ, ਠੀਕ ਹੈ ਠੀਕ ਹੈ। ਤੇ ਫੇਰ ਜਿਹੜਾ ਉਹ ਮੇਰਾ ਦਾਦਾ ਸੀਗਾ ਤੇ ਉਹ ਬਾਪੂ ਜੀ ਦਾ ਬਾਪੂ ਜੀ ਦੇ ਸਾਲ ਦਾ ਸੀ ਨਾ, 1.5 ਸਾਲ ਦਾ, ਉਦੋਂ ਹੀ ਡੈਥ ਹੋ ਗਈ। ਤੇ ਕੀ ਨਾਮ ਸੀ ਉਹਨਾਂ ਦਾ? ਉਹਦਾ ਨਾਮ ਸੀਗਾ, ਉਹਦਾ ਨਾਮ ਸੀ ਬਿਸ਼ਨ ਸਿੰਘ। ਅੱਛਾ ਜੀ, ਉਦੋਂ ਅੱਗੇ ਪਤਾ ਕੁਛ? ਜਿਹੜਾ ਜਿਹੜਾ ਉਹਦਾ ਪਿਓ ਸੀ ਉਹ ਸੀ ਪੰਜਾਬ ਸਿੰਘ। ਅੱਛਾ, ਮਾੜਾ ਜਿਹਾ ਹੋਲਡ ਰੱਖਿਓ। ਅੱਛਾ, ਉਹਨਾਂ ਦੇ ਗਾਹਾਂ ਦਾਦਾ ਜੀ ਦੇ ਪਿਤਾ ਜੀ ਦਾ ਨਾਮ ਸੀ ਪੰਜਾਬ ਸਿੰਘ। ਉਹਦਾ ਨਾਮ ਨਹੀਂ ਪਤਾ, ਉਹਨੇ ਉੱਥੋਂ ਤੱਕ ਨਹੀਂ ਪੰਡਾ ਦੇ ਦਾ ਹੀ ਪਤਾ। ਅੱਛਾ ਅੱਛਾ, ਕਿਤੇ ਗਾਹਾਂ ਮੇਰੇ ਦੋ ਭਰਾ। ਅੱਛਾ ਠੀਕ ਹੈ, ਚਲੋ ਸਿੰਘ, ਇੱਕ ਦਾ ਬੂਟਾ ਸਿੰਘ ਕੌਮੀ ਦਾ ਪਲੇਅਰ, ਰੂਪ ਸਿੰਘ ਚੇਅਰਮੈਨ ਕੈਨੇਡਾ ਬੈਠਾ ਗਾ। ਠੀਕ ਹੈ, ਚਲੋ ਠੀਕ ਹੈ ਜੀ, ਯਾਦ ਕਰ ਰਹੇ ਅੱਜ ਬਜ਼ੁਰਗਾਂ ਨੂੰ ਇਸੇ ਬਹਾਨੇ ਸਿਰ। ਜ਼ਰੂਰ ਜੱਗੀ ਸਾਹਿਬ, ਜ਼ਰੂਰ ਲਿਆ ਕਰ ਬਹੁਤ ਜੀ। ਥੈਂਕ ਯੂ ਥੈਂਕ ਯੂ ਥੈਂਕ ਯੂ ਜੀ। ਜਿਹੜਾ ਬਾਬਾ ਨਾਨਕ, ਬਾਬਾ ਨਾਨਕ ਮੇਰੇ ਕਮਰੇ 'ਚ ਬੈਠਾ। ਠੀਕ ਹੈ ਜੀ, ਬਾਬੇ ਨਾਨਕ ਦੀ ਫੋਟੋ, ਬਾਬੇ ਨਾਨਕ ਦੀ ਫੋਟੋ ਮੇਰੇ ਸੰਦੂਕ ਤੇ ਹੈ। ਹਾਂਜੀ ਹਾਂਜੀ, ਉਹ ਤਕਰੀਬਨ ਜ਼ਿਆਦਾਤਰ ਜਿਹੜੀਆਂ ਹੈਗੀਆਂ ਨੇ ਉਹ ਸ਼ੋਭਾ ਸਿੰਘ ਦੀਆਂ ਬਣਾਈਆਂ ਹੋਈਆਂ ਹੀ ਨੇ। ਸ਼ੋਭਾ ਸਿੰਘ ਇੱਕ ਮਸ਼ਹੂਰ ਚਿੱਤਰਕਾਰ ਹੋਏ ਨੇ ਬਹੁਤ। ਇਹਨਾਂ ਨੂੰ ਪਤਾ, ਹੁਣ ਅਸੀਂ ਜਦੋਂ ਪੜ੍ਹਨ ਲੱਗੇ ਅਸੀਂ, ਹੁਣ ਇਹਨਾਂ ਨੂੰ ਨਾ ਪਤਾ ਹੈਗਾ। ਹਾਂ ਚਲੋ ਚਲੋ, ਮੈਂ ਤਾਂ ਹੀ ਜਾਣਕਾਰੀ ਦਿੱਤੀ ਹੈ ਸਾਡੇ ਸਾਡੇ ਸਾਰੇ ਵਿੱਚੋਂ ਲਿਆਉਂਦੇ ਨਾ, ਕੱਢ ਕੁੜ ਕੇ ਦੱਸ ਦੇਣਾ ਪਤਾ ਤੁਹਾਨੂੰ ਹੈਨਾ। ਚਲੋ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਹੈਲੋ 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 ਜੀ, ਜੱਗੀ ਸਾਹਿਬ ਜੀ, ਸਤਿ ਸ੍ਰੀ ਅਕਾਲ ਸਰ, ਸਤਿ ਸ੍ਰੀ ਅਕਾਲ ਜੀ, ਕੌਣ ਬੋਲਦੇ? ਮੈਂ ਗੁਰਦੇਵ ਢੀਂਡ ਸਾਹਿਬ ਬੋਲ ਰਿਹਾ, ਲੋਸ ਐਂਜਲਸ ਜੀ। ਢੀਂਡ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਇੱਕ ਵੈਸੇ ਇਹ ਸਾਰੇ ਇਲਾਕਿਆਂ 'ਚ ਕੁਰਸੀ ਨਾਵਾਂ ਹੀ ਕਹਿੰਦੇ ਜੀ ਇਹਨੂੰ, ਬਜ਼ੁਰਗਾਂ ਦੀ ਜਿਹੜੀ ਅਸੀਂ ਗੱਲ ਕਰੀ ਦੀ, ਪੀੜ੍ਹੀਆਂ ਦੀ ਗੱਲ ਕਰੀ ਦੀ।
ਬਖਸ਼ੀਰ ਸਿੰਘ ਉਹਨਾਂ ਦੇ ਗਾਂ ਮੇਰੇ ਬਾਬਾ ਜੀ ਅਰੂੜ ਸਿੰਘ ਜੀ ਤੇ ਗਾਂ ਪੜਦਾਦਾ ਜੀ ਬਿਸ਼ਨ ਸਿੰਘ। ਅੱਛਾ ਜੀ, ਵਾਹ ਜੀ ਵਾਹ। ਤੇ ਉੱਥੇ ਵੈਸੇ ਸਾਡਾ ਜਿਹੜਾ ਪਿੰਡ ਬੱਜਾ ਸੀਗਾ ਜੀ, ਸਾਡਾ ਪਿੰਡ ਆ ਬਿਆਸ ਪਿੰਡ, ਇੱਕ ਤਾਂ ਬਿਆਸ ਰਾਧਾ ਸਵਾਮੀ ਦਾ ਅੰਮ੍ਰਿਤਸਰ ਜਾਂਦਿਆਂ ਨੂੰ ਆਉਂਦਾ ਰਸਤੇ ਚ ਬਿਆਸ ਪਿੰਡ ਆ, ਟਾਂਡਾ ਰੋਡ ਤੇ ਆਉਂਦਾ ਪਹਿਲਾਂ ਪਿੰਡ। ਅੱਛਾ ਠੀਕ ਹੈ। ਹਾਂਜੀ, ਕਾਲਾ ਬੱਕਰਾ ਪਿੰਡ ਤੋਂ ਪਹਿਲਾਂ ਇਹ ਬਿਆਸ ਪਿੰਡ ਆਉਂਦਾ। ਠੀਕ ਹੈ ਜੀ। ਤੇ ਉਹ ਸਾਡੇ ਪਿੰਡ ਦਾ ਵੈਸੇ ਇਤਿਹਾਸ ਦੱਸਿਆ ਜਾਂਦਾ ਜੀ, ਇਹ ਬੜਾ ਪੁਰਾਣਾ ਸਾਡਾ ਪਿੰਡ, ਗੱਭਿਓਂ ਵਿਚਾਲੇ ਬੜਾ ਉੱਚਾ ਤੇ ਉਹ ਬਾਬਾ ਬਿਆਸ ਜੀ ਇੱਕ ਸਾਧੂ ਆਏ ਸਨ, ਉਹਨਾਂ ਦੇ ਨਾਂ ਤੇ ਪਿੰਡ ਭੱਜਾ ਸੀਗਾ। ਅੱਛਾ ਜੀ। ਉਦੋਂ ਚਾਰ ਬੰਦੇ ਆਏ ਸੀ ਸਾਡੇ ਪਿੰਡ ਵਿੱਚ, ਢੀਂਸਾ, ਜੱਟ, ਮਟਾਰਾ, ਚਮਾਰ ਤੇ ਇੱਕ ਮਰਾਸੀ ਤੇ ਬਾਹਮਣ। ਅੱਛਾ ਜੀ। ਉਹਨਾਂ ਚੋਂ ਬੰਦੇ ਦਾ ਪਿੰਡ ਭੱਜਾ ਸੀਗਾ ਜੀ। ਵਾਹ ਜੀ ਵਾਹ। ਅੱਛਾ। ਤੇ ਮੈਂ ਵੈਸੇ ਜੱਗੀ ਸਾਹਿਬ ਸੋਚਦਾ ਹੁੰਦਾ ਕਿ ਮੈਂ ਅੱਜ ਤੋਂ ਪਿੱਛੇ 4-5 ਸੌ ਸਾਲ ਜਾਵਾਂ ਤਾਂ ਦੇਖਾਂ ਕਿਹੜੇ ਕਿਹੜੇ ਬੰਦੇ ਸੀ, ਕਿੱਦਾਂ। ਹੁਣ ਤਾਂ ਉਹ ਸਾਡਾ ਪਿੰਡ ਹੋਰ ਦਾ ਹੋਰ ਹੀ ਹੋ ਗਿਆ, ਸਾਰੇ ਬੰਦੇ ਕੋਠੀਆਂ ਬਾਹਰ ਪਾ ਲਈਆਂ, ਹੋਰ ਹੀ ਲੋਕ ਆ ਪਿੰਡ ਵਿੱਚ ਆ ਵਸਿਆ। ਮੈਂ ਵੀ ਹੁਣ ਤਕਰੀਬਨ 54 ਸਾਲ ਤੋਂ ਬਾਅਦ ਹਾਂ ਬਾਹਰ ਆ ਇੰਡੀਆ ਤੋਂ। ਤੇ ਆਪਣਾ ਜਿਹੜਾ ਇਤਿਹਾਸ ਮੇਰੇ ਮਨ ਚ ਬੜਾ ਆਉਂਦਾ ਕਿ ਅੱਜ ਤੋਂ ਮੇਰੇ ਜੀ ਜ਼ਰੂਰ 200 ਸਾਲ 300 ਸਾਲ ਪਹਿਲਾਂ ਕਿੱਦਾਂ ਸੀ। ਜੀ 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 ਢੀਂਡਸਾ ਸਾਹਿਬ, ਜਿੰਨੀ ਕੁ ਜਾਣਕਾਰੀ ਮਿਲਦੀ ਅਸੀਂ ਜ਼ਰੂਰ ਕੋਸ਼ਿਸ਼ ਕਰਿਆ ਕਰਾਂਗੇ ਤੁਹਾਡੇ ਨਾਲ ਸਾਂਝੀ ਕਰਨ ਦੀ, ਪਰ ਫਿਲਹਾਲ ਇੱਕ ਬ੍ਰੇਕ ਲੈਣੀ ਪੈਣੀ ਹੈ। ਬ੍ਰੇਕ ਤੋਂ ਬਾਅਦ ਫਿਰ ਕਰਾਂਗੇ ਗੱਲਾਂ ਬਾਤਾਂ ਦੇਖਦੇ ਹੋਏ ਦੱਸ ਪੰਜਾਬੀ ਜੀ। ਬ੍ਰੇਕ ਤੋਂ ਬਾਅਦ ਬਹੁਤ ਥੋੜ੍ਹਾ ਸਮਾਂ ਗੱਲਬਾਤ ਕਰਨ ਵਾਸਤੇ, ਕੋਸ਼ਿਸ਼ ਕਰਾਂਗੇ ਕਦੀ ਕਾਲ ਵੀ ਲੈਣ ਦੀ। ਪਰ ਉਸ ਤੋਂ ਪਹਿਲਾਂ ਮੈਂ ਜਿਵੇਂ ਕੱਲ੍ਹ ਗੱਲ ਕੀਤੀ ਸੀ, ਅੱਜ ਮੈਂ ਜਾਣਕਾਰੀ ਦੇਣੀ ਚਾਹੁੰਦਾ। ਦੁਖਦਾਈ ਖਬਰਾਂ ਨੇ ਦੋ ਮੇਰੇ ਕੋਲ, ਔਰ ਉਹਨਾਂ ਦਾ ਅੰਤਮ ਸੰਸਕਾਰ ਜਿਹੜਾ ਉਹ ਹੋਣਾ। ਅਗਰ ਪਹਿਲੀ ਗੱਲ ਕਰੀਏ ਸਰਦਾਰ ਬਚਿੱਤਰ ਸਿੰਘ ਹੋਣੀ, ਜੋ ਕਿ 23 ਨਵੰਬਰ ਨੂੰ ਉਹਨਾਂ ਦੇ ਗੁਰੂ ਚਰਨਾਂ ਵਿੱਚ ਜਾਣ ਵਾਜੇ ਸੀਗੇ, ਉਹਨਾਂ ਦਾ ਫਿਊਨਰਲ ਜਿਹੜਾ ਹੈਗਾ ਉਹ 1 ਦਸੰਬਰ ਨੂੰ ਹੋਏਗਾ। ਚੈਰੋਕੀ ਫਿਊਨਰਲ ਹੋਮ ਹੈਗਾ ਜੀ, ਇੱਥੇ ਲੋਡਾਈ ਦੇ ਵਿੱਚ, ਲੋਡਾਈ ਦੇ ਵਿੱਚ ਹੈਗਾ। ਐਡਰੈਸ ਇਹਦਾ ਹੈਗਾ 831 ਇੰਡਸਟਰੀਅਲ ਵੇ ਲੋਡਾਈ। ਅਤੇ ਇੱਥੇ ਤੁਸੀਂ ਜਿਹੜਾ ਹੈਗਾ ਸਵੇਰੇ 9:30 ਤੋਂ ਲੈ ਕੇ 12:30 ਵਜੇ ਤੱਕ ਇਹਨਾਂ ਦਾ ਸੰਸਕਾਰ ਹੋਏਗਾ। ਅਤੇ ਉਸ ਤੋਂ ਉਪਰੰਤ ਦਸ਼ਮੇਸ਼ ਦਰਬਾਰ ਗੁਰੂ ਘਰ ਜਿਹੜਾ ਹੈਗਾ ਲੋੜਾਈ ਦੇ ਵਿੱਚ, ਉੱਥੇ ਅੰਤਮ ਅਰਦਾਸ ਹੋਏਗੀ। ਉਹਨਾਂ ਦਾ ਪੁੱਤਰ ਹਰਸਿਮਰਨ ਸਿੰਘ ਸਾਡਾ ਬਹੁਤ ਵਧੀਆ ਮਿੱਤਰ ਹੈ ਜੀ, ਹਰਸਿਮਰਨ ਸੰਗਰਾਮ ਸਿੰਘ। ਸੋ ਪਰਮਾਤਮਾ ਇਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਦੂਜੀ ਗੱਲ ਜਿਹੜੀ ਮੈਂ ਕੀਤੀ ਸੀ ਉਹ ਬਲਦੇਵ ਸਿੰਘ ਜੌਲ ਸਾਹਿਬ, ਜੋ ਕਿ ਸਾਬਕਾ ਪ੍ਰਧਾਨ ਸੀਗੇ ਹੋਲੀਵੁੱਡ ਸਿੱਖ ਟੈਂਪਲ ਦੇ LA ਦੇ, ਉਹ ਵੀ 23 ਨਵੰਬਰ ਦੀ ਰਾਤ ਨੂੰ ਜਾਂ 24 ਨਵੰਬਰ ਦੇ ਤੜਕੇ ਉਹ ਵੀ ਗੁਰੂ ਚਰਨਾਂ 'ਚ ਜਾਣ ਵਾਜੇ ਸੀ। ਉਹਨਾਂ ਦੀ ਜਿਹੜੀ ਅੰਤਮ ਅਰਦਾਸ ਹੈ ਉਹ ਕੱਲ੍ਹ ਨੂੰ, ਕੱਲ੍ਹ ਯਾਨੀ ਕਿ 30 ਨਵੰਬਰ ਨੂੰ ਗੁਰਦੁਆਰਾ ਸਿੱਖ ਟੈਂਪਲ ਜਿਹੜਾ ਹੈਗਾ ਹੋਲੀਵੁੱਡ ਸਿੱਖ ਟੈਂਪਲ, ਉਹਦੇ 'ਚ ਕੀਤੀ ਜਾਏਗੀ ਦੁਪਹਿਰੇ 1 ਤੋਂ 3 ਵਜੇ ਤੱਕ। ਸੋ ਸਾਰੀਆਂ ਸੰਗਤਾਂ ਜਿੰਨੀਆਂ ਵੀ ਉੱਥੇ ਪਹੁੰਚ ਸਕਦੀਆਂ ਜ਼ਰੂਰ ਪਹੁੰਚਣ। ਹੋਲੀਵੁੱਡ ਸਿੱਖ ਟੈਂਪਲ ਜਿਹੜਾ 1966 ਵਰਮਾਉਂਟ ਐਵੀਨਿਊ 'ਤੇ ਸਥਿਤ ਹੈ LA ਹੋਲੀਵੁੱਡ ਦੇ ਵਿੱਚ। ਸੋ ਇਹ ਬਹੁਤ ਦੁਖਦਾਈ ਖਬਰਾਂ ਨੇ, ਪਰਮਾਤਮਾ ਦੋਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਜਿਹੜਾ ਉਹ ਬਲ ਬਖਸ਼ੇ। ਕਾਲਾਂ ਹੈਗੀਆਂ ਨੇ, ਪਰ ਕਾਲਾਂ ਮੇਰੇ ਖਿਆਲ ਹੁਣ ਨਾ ਲਵਾਂ, ਕਾਲ ਲੰਬੀ ਚੱਲ ਜਾਏਗੀ ਅਤੇ ਗੱਲ ਜਿਹੜੀ ਪ੍ਰੋਗਰਾਮ ਦਾ ਸਮਾਂ ਤਕਰੀਬਨ ਖਤਮ ਹੈ। ਅਤੇ ਐਂਡ ਦੇ ਵਿੱਚ ਮੈਂ ਇਹੀ ਗੱਲ ਕਰਨੀ ਚਾਹੁੰਦਾ ਕਿ ਬਜ਼ੁਰਗਾਂ ਦੀ ਗੱਲ ਕਰਦੇ ਹਾਂ, ਬਜ਼ੁਰਗਾਂ ਨੂੰ ਯਾਦ ਰੱਖਣ ਦੀ ਗੱਲ ਕਰਦੇ ਹਾਂ। ਮੈਂ ਵੀ ਕੋਸ਼ਿਸ਼ ਕਰਕੇ ਕਿ ਗਾਂ ਕਿਹੜੇ ਕਿਹੜੇ ਬਜ਼ੁਰਗ ਸਾਡੇ ਸੀਗੇ ਉਹਨਾਂ ਦਾ ਨਾਮ ਜਿਹੜੇ ਯਾਦ ਰੱਖਣ ਦੀ ਕੋਸ਼ਿਸ਼ ਕਰੂੰਗਾ। ਔਰ ਕੋਸ਼ਿਸ਼ ਇਹ ਵੀ ਚਾਹੀਦੀ ਹੈ, ਜਿਹੜੇ ਵੀ ਜਿੰਨੇ ਕਰ ਸਕਦੇ ਨੇ, ਅਸੀਂ ਬਜ਼ੁਰਗਾਂ ਦੀਆਂ ਫੋਟੋ ਜੇ ਕੋਈ ਸਾਡੇ ਕੋਲ ਹੋਵੇ ਉਹ ਵੀ ਜ਼ਰੂਰ ਸੰਭਾਲ ਕੇ ਰੱਖਣੀ ਚਾਹੀਦੀ ਹੈ, ਗਾਂ ਆਉਣ ਵਾਲੇ ਨਿਆਣਿਆਂ ਨੂੰ, ਆਉਣ ਵਾਲੇ ਬੱਚਿਆਂ ਨੂੰ ਇਸ ਚੀਜ਼ ਦਾ ਪਤਾ ਲੱਗਦਾ। ਸੋ ਉਮੀਦ ਕਰਦਾ ਜੀ ਅੱਜ ਦਾ ਪ੍ਰੋਗਰਾਮ ਵੀ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਕੋਈ ਵੀ ਗੱਲਬਾਤ ਕਰਨੀ ਚਾਹੋ, ਕੋਈ ਜਾਣਕਾਰੀ ਲੈਣੀ ਚਾਹੋ, ਜਾਂ ਕੋਈ ਜਾਣਕਾਰੀ ਦੇਣੀ ਚਾਹੋ ਤਾਂ ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ 'ਤੇ ਹੈਗੇ ਜੀ, ਸਾਡਾ ਕੋਈ ਤੁਹਾਡਾ ਸੁਨੇਹਾ ਆਉਂਦਾ ਜਸ ਪੰਜਾਬੀ ਦਾ ਫੇਸਬੁੱਕ ਦਾ ਪੇਜ ਹੈ, ਲਾਈਕ ਕਰੋ ਜਸ, ਉਹਦੀ ਸਾਰੀ ਅਪਡੇਟ ਜਿਹੜੀ ਸਾਡੀ ਆ ਉਹ ਉਸ ਪੇਜ ਤੋਂ ਮਿਲਦੀ ਰਹਿੰਦੀ ਹੈ। ਜਸ ਪੰਜਾਬੀ ਪਾਓਗੇ ਜਸ ਪੰਜਾਬੀ ਦਾ ਲੋਗੋ ਜਿਹੜਾ ਲੱਗੇ ਹੋਇਆ ਉੱਥੇ ਹੈਗਾ। ਅਤੇ ਫੇਸਬੁੱਕ ਤੋਂ ਇਲਾਵਾ ਟਵਿੱਟਰ ਹੈਗਾ, ਜਾਂ ਫਿਰ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-33-62। ਇਸ 'ਤੇ ਵੀ ਤੁਹਾਡੀਆਂ ਕਾਲਾਂ ਆਉਂਦੀਆਂ ਨੇ, ਤੁਹਾਡੇ ਸੁਨੇਹੇ ਆਉਂਦੇ ਨੇ, ਤੁਹਾਡੀ ਗੱਲਬਾਤ ਜਿਹੜੀ ਤੁਸੀਂ ਕਰਦੇ ਹੋ ਉਹ ਕਰਨ ਦੀ ਕੋਸ਼ਿਸ਼ ਕਰੀਦੀ ਹੈ ਜੀ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਖੁਸ਼ ਰਹੋ, ਖੁਸ਼ ਰੱਖੋ, ਰੱਬ ਰੱਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਭਲਾ।